ਮੈਂ ਸ਼ੁਰੂਆਤ ਕਰਦੇ ਹਾਂ ਕਿਉਂਕਿ ਜਿਸ ਸ਼ਖਸ ਦੇ ਵੱਲੋਂ 2 ਕਰੋੜ ਦੀ ਲਗਾਈ ਗਈ ਬੋਲੀ, ਉਸ ਤੋਂ ਬਾਅਦ ਉਹ ਬੀਜੇਪੀ ਦੇ ਰੰਗ ਚਿਰੰਗੇ ਨਜ਼ਰ ਆਏ। ਜੋਸ਼ੀ ਸਾਹਿਬ, ਸ਼ੁਰੂਆਤ ਤੁਹਾਡੇ ਤੋਂ, 2 ਕਰੋੜ ਵਾਲੇ ਸਰਪੰਚ ਤੁਹਾਡੇ ਹੈਗੇ ਆ ਕਿ ਨਹੀਂ? ਕਮਾਲ ਦੀ ਗੱਲ ਕਰਤੀ, ਪਿੰਡ ਵਾਲਿਆਂ ਨੇ ਇਕੱਠਿਆਂ ਕਰਕੇ ਆਪਸ 'ਚ ਸਲਾਹ ਕੀਤੀ ਅਤੇ ਇਹ ਤਾਂ ਪਿੰਡ ਵਾਲਿਆਂ ਦਾ ਮਸਲਾ, ਜੇ ਤੁਸੀਂ ਬੀਜੇਪੀ ਨੂੰ ਵਿੱਚ ਪਾਉਣ ਡੇ ਜੇ, ਚਲੋ ਠੀਕ ਆ ਜੀ, ਉਹ ਬੰਦਾ ਬਾਅਦ 'ਚ ਬੀਜੇਪੀ ਦਾ, ਦੇਖੋ ਇਹਦਾ ਮਤਲਬ ਕਿੱਡਾ ਵੱਡਾ ਵਿਸ਼ਵਾਸ ਜਿਤਾਇਆ ਉਹਨਾਂ ਨੇ ਬੀਜੇਪੀ ਦੇ ਉੱਤੇ। ਹੁਣ ਜੇ ਤੁਸੀਂ ਇੰਨੀ ਗੱਲ ਕਹੋ, ਇਲੈਕਸ਼ਨ ਤੋਂ ਪਹਿਲਾਂ ਦੇਖੋ ਵਾਅਦੇ ਸਾਰੇ ਕਰਦੇ ਨੇ, ਪੰਜਾਬ ਸਰਕਾਰ ਨੇ ਪਿਛਲੇ 1.5-2 ਸਾਲ ਤੋਂ ਪੰਚਾਇਤਾਂ ਭੰਗ ਕੀਤੀਆਂ ਹੋਈਆਂ ਨੇ, ਔਰ ਇਸ ਦੇ ਨਾਲ ਨਾਲ ਇਹਨਾਂ ਨੇ ਪੰਚਾਇਤਾਂ ਦਾ ਸਾਰਾ ਫੰਡ ਵੀ ਸਰਕਾਰੀ ਖਜ਼ਾਨੇ 'ਚ ਪਵਾ ਲਿਆ। ਅੱਜ 1.5-2 ਸਾਲ ਹੋ ਗਏ ਪੰਜਾਬ ਦੀ ਪੰਚਾਇਤ ਨੂੰ ਇੱਕ ਵੀ ਇੱਟ ਨਹੀਂ ਲੱਗੀ, ਠੀਕ ਹੈ ਜੀ। ਔਰ ਉਸ ਤੋਂ ਬਾਅਦ ਜਦੋਂ ਕੋਰਟ ਦੇ ਵਿੱਚੋਂ ਕੇਸ ਜਦੋਂ ਹਾਰ ਗਏ, ਇਹਨਾਂ ਨੂੰ ਲਤਾੜ ਪਈ ਪੂਰੀ, ਇਹਨਾਂ ਦੇ ਅਫਸਰਾਂ 'ਤੇ ਕਾਰਵਾਈ ਹੋਈ, ਇਹਨਾਂ ਨੇ ਬਹਾਲ ਤਾਂ ਕਰਤੀਆਂ ਸੀ ਉਸ ਟਾਈਮ, ਲੇਕਿਨ ਫੰਡ ਨਹੀਂ ਵਾਪਸ ਭੇਜਿਆ, ਠੀਕ ਹੈ ਜੀ। ਅੱਜ ਜੇ ਪਿੰਡ ਵਾਲੇ ਲੋਕ ਦੁਖੀ ਹੋ ਕੇ ਇਕੱਠੇ ਹੋ ਕੇ ਇੱਕ ਦੂਜੇ ਦਾ ਸਹਾਰਾ ਬਣ ਕੇ ਜੇ ਅਗਲੇ ਗੱਲ ਕਹਿੰਦੇ, ਇਹਨੂੰ ਬੋਲੀ ਦਾ ਨਾਂ ਕਾਹਦੇ ਵਾਸਤੇ ਦਿੰਦੇ ਪਏ ਜੇ ਤੁਸੀਂ? ਇੱਥੇ ਪਿੰਡ ਵਾਲੇ ਦੀ ਆਪਣੀ ਮਰਜ਼ੀ ਹੈ ਕਿ 2 ਕਰੋੜ ਰੁਪਏ ਦਾ ਜ਼ਿਕਰ ਹੋ ਰਿਹਾ, ਇਹਦਾ ਮਤਲਬ ਉਸ ਪਿੰਡ ਦੇ ਕੋਲ ਕਾਬਲੀਅਤ ਹੋਏਗੀ। ਹੁਣ ਕਲਾਨੌਰ ਚੱਲ ਜਾਓ, ਸਾਡੇ ਗੁਰਦਾਸਪੁਰ ਲਾਗੇ ਵਾ, 100 ਕਿੱਲੇ ਤੋਂ ਵੱਧ ਪੈਲੀ ਹੈ ਉਹਦੀ। ਜੇ ਬਹੁਤੀ ਗੱਲ ਕਰੀਏ ਤਾਂ 40-50 ਲੱਖ ਰੁਪਏ ਦੇ ਉਹਦੇ, 50-60 ਲੱਖ ਰੁਪਏ ਦੇ ਸਾਲ ਦਾ ਤੇ ਉਹਦਾ ਠੇਕਾ ਹੀ ਬਣ ਜਾਂਦਾ। ਨਹੀਂ, ਇਸ ਪਿੰਡ ਦਾ ਵੀ ਜ਼ਿਕਰ ਹੋ ਰਿਹਾ ਜੋਸ਼ੀ ਸਾਹਿਬ, ਇਸ ਪਿੰਡ ਦਾ ਵੀ ਜ਼ਿਕਰ ਹੋ ਰਿਹਾ ਕਿ 50-60 ਲੱਖ ਰੁਪਏ ਠੇਕਾ ਆਉਂਦਾ। ਮੈਂ ਉਹ ਕਹਿਣ ਡਿਆ ਨਾ, ਜੇ ਇੱਕ ਬੰਦੇ ਨੇ ਕਹਿ ਤਾ ਵਾ ਵੀ ਇਸ ਪਿੰਡ 'ਤੇ 2 ਕਰੋੜ ਰੁਪਇਆ ਲੱਗ ਸਕਦਾ ਵਾ, ਅਗਲਾ ਲਾ ਕੇ ਦੇਵੇਗਾ, ਤੇ ਬੋਲੀ ਦਾ ਮਤਲਬ ਕੀ ਬਣਦਾ? ਮੇਰੇ ਪਿੰਡ ਦੀ 35-36 ਕਿੱਲੇ ਪੈਲੀ ਹੈ, ਮੇਰੇ ਪਿੰਡ ਦੀ ਪੈਲੀ ਪੰਚਾਇਤੀ ਪੈਲੀ ਹੈ, 35-36 ਕਿੱਲੇ ਪੈਲੀ ਹੈ, ਠੇਕਾ ਚੜ੍ਹਦਾ ਸਰ, ਪਿੰਡ ਦੇ ਖਰਚੇ ਕਿਤੇ ਨਾ ਕਿਤੇ ਚੱਲਦੇ ਹੀ ਆ। ਨਹੀਂ, 2 ਕਰੋੜ ਰੁਪਏ ਉਹ ਵਾਲਾ ਨਹੀਂ ਨਾ ਹੈਗਾ, 2 ਕਰੋੜ ਰੁਪਏ ਦੇਖੋ, ਦੇਖੋ ਮੇਰੀ ਗੱਲ ਸੁਣੋ, ਇਸ ਸਮੇਂ ਇਹ ਜਿਹੜੀ ਪਿਕਚਰ ਬਣ ਰਹੀ ਹੈ, 2 ਕਰੋੜ ਰੁਪਏ ਉਹ ਜੇਬ ਦੇ ਵਿੱਚੋਂ ਦੇਣਗੇ। ਦੇਖੋ ਕਿ 3 ਲੋਕ ਬੋਲੀ ਲਗਾਉਣ ਵਾਲੇ ਸੀ, 50 ਲੱਖ ਤੋਂ ਸ਼ੁਰੂ ਹੁੰਦੀ ਹੈ, 2 ਕਰੋੜ ਦੇ ਪਹੁੰਚ, ਇਹਦਾ ਮਤਲਬ ਇਹ ਨਹੀਂ ਕਿ ਪੰਚਾਇਤ ਦਾ ਪੈਸਾ 2 ਕਰੋੜ ਰੁਪਏ ਦੇਵਾਂਗੇ, ਉਹ ਤਾਂ ਹੈ ਹੀ ਪੰਚਾਇਤ ਦਾ। ਦੇਖੋ ਜੇ ਕੋਈ ਬੰਦਾ ਆਪਣੇ ਕੋਲ ਪੈਸੇ ਲਾਉਂਦਾ, ਹੁਣ NRI ਕਿੰਨੇ ਵਧੀਆ ਆਉਂਦੇ ਕਿ ਜਗਰਾਉਂ ਦੇ ਲਾਗੇ ਪਿੰਡ ਆ, ਉਹ ਸਾਰਾ NRI ਨੇ ਡਿਵੈਲਪ ਕੀਤਾ, ਸਰਕਾਰਾਂ ਨੇ ਲਾਉਣਾ ਹੀ ਕੱਖ ਨਹੀਂ ਆ, ਸਰਕਾਰਾਂ ਨੇ ਪੰਚਾਇਤਾਂ ਹੀ ਭੰਗ ਕਰ ਦੇਣੀਆਂ ਤੇ ਜਿਹੜੇ ਸਰਕਾਰੀ ਪੈਸੇ ਚੁੱਕ ਕੇ ਵਾਪਸ ਲੈ ਆਣੇ ਆ, ਕੀ ਪਤਾ ਪਿੰਡ ਵਾਲਿਆਂ ਨੂੰ ਦੁਖੀ ਹੋ ਕੇ ਜੇ ਗੱਲ ਕੀਤੀ, ਸਾਰਿਆਂ ਸਮਰਥਨ ਕਰ ਸਤਿਕਾਰਯੋਗ LOP ਸਾਹਿਬ ਨੇ ਜਿਹੜੇ ਪ੍ਰਤਾਪ ਸਿੰਘ ਜੀ ਬਾਜਵਾ, ਠੀਕ ਉਹਨਾਂ ਦਾ ਫਰਜ਼ ਬਣਦਾ ਐਜ਼ LOP ਗੱਲ ਕਰਨੀ, ਪਰ ਤੰਜ ਕਿੱਧਰ ਜਾਣ ਡਿਆ ਉਹਨਾਂ ਦਾ? ਉਹਨਾਂ ਨੇ ਜੇ ਗੱਲ ਕੀਤੀ ਆ ਤਾਂ ਧਿਆਨ ਨਾਲ ਉਹਨਾਂ ਦੀ ਗੱਲ ਦੇ ਵਿੱਚ ਗਹਿਰਾਈ ਹੈ, ਕਿਹ ਬਣਦੀ ਆ, ਉਹਨਾਂ ਨੇ ਸਿੱਧੀ ਗੱਲ ਪੰਜਾਬ ਸਰਕਾਰ ਦੇ ਉੱਤੇ ਮਾਰੀ ਹੈ। ਹੁਣ ਮੇਰੀ ਗੱਲ ਸੁਣੋ, ਇਲੈਕਸ਼ਨ ਤੋਂ ਪਹਿਲਾਂ ਕੀ ਕਹਿੰਦੇ ਸੀਗੇ, 50,000 ਕਰੋੜ ਦਾ ਰੋਡ ਮੈਪ ਆ ਸਾਡੇ ਕੋਲ, ਕਹਿੰਦੇ ਸੀ ਨਾ ਕੇਜਰੀਵਾਲ ਸਾਹਿਬ, ਕਿ ਇਹ ਕੀ ਲਾਲਚ ਸੀਗਾ ਇਹਨਾਂ ਕੋਲੋਂ, ਇਹਨਾਂ ਕੋਲ 50,000 ਕਰੋੜ ਰੁਪਇਆ ਇਕੱਠਾ ਨਹੀਂ ਹੋਇਆ, 20,000 ਕਰੋੜ ਦੀ ਇਹਨਾਂ ਨੇ ਰੇਤ ਇਕੱਠੀ ਕਰਨੀ ਸੀ, ਕੀ ਕਰਕੇ ਦੇਣੀ ਸੀ? ਇਹਨਾਂ ਕੋਲ ਕੱਖ ਵੀ ਨਹੀਂ ਹੋਇਆ, ਇਹਨਾਂ ਨੇ ਭੈਣਾਂ ਨੂੰ 1,000-1,000 ਰੁਪਇਆ ਦੇਣਾ ਸੀਗਾ, ਇਹਨਾਂ ਕੋਲ ਕੱਖ ਨਹੀਂ ਹੋਇਆ, ਕੀ ਕਾਰਨ ਹੋਇਆ? ਠੀਕ ਹੈ, ਚਲੋ ਜਵਾਬ ਲੈਣੇ, ਫਿਰ ਚਰਚਾ ਨੂੰ ਅੱਗੇ ਵਧਾਈਏ। ਦੋ ਚੀਜ਼ਾਂ ਕੀ ਨੇ, ਇਹਦਾ ਮਤਲਬ ਕਹਿ ਰਹੇ ਹੋ ਕਨਸੈਪਟ ਠੀਕ ਹੈ, ਲੋਕਤੰਤਰ ਦੇ ਵਿੱਚ ਕਨਸੈਪਟ ਠੀਕ ਹੈ, ਕਿ ਕਨਸੈਪਟ ਦੀ ਨਹੀਂ ਗੱਲ ਕਰਦਾ ਪਿਆ, ਜੇ ਕੇਜਰੀਵਾਲ ਸਾਹਿਬ ਦੇ ਵੱਲੋਂ ਦਿੱਤੀਆਂ ਗਈਆਂ ਚੀਜ਼ਾਂ ਪੂਰੀਆਂ ਨਹੀਂ ਹੋਈਆਂ, ਪਰ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ 92 MLA ਜਿਤਾਏ, ਲੋਕਾਂ ਨੇ ਇਹ ਸੋਚ ਕੇ ਕਿ ਸਾਡੀਆਂ ਜਿਹੜੀਆਂ ਕਲੀਨਿਕਾਂ ਬਣਨਗੀਆਂ MRI ਮਸ਼ੀਨਾਂ ਹੋਣਗੀਆਂ, ਡਾਕਟਰਾਂ ਦੀ ਭਰਤੀ ਅਜੇ ਤੱਕ ਹੋਣੀ ਨਹੀਂ, ਇਹਨਾਂ ਨੂੰ ਠੀਕ ਹੈ ਜਵਾਬ ਲੱਗਦਾ ਕਿ ਉਹਨਾਂ ਦੇ ਨੁਮਾਇੰਦੇ ਬੈਠੇ ਵਾਲਿਆਂ ਨੇ ਇਕੱਠਿਆਂ ਹੋ ਕੇ ਜੇ 2 ਕਰੋੜ ਦੀ ਗੱਲ ਕਰ ਦਿੱਤੀ ਆ, ਠੀਕ ਹੈ, ਠੀਕ ਆ, ਆਨਰੇਬਲ ਪ੍ਰਤਾਪ ਸਿੰਘ ਜੀ ਬਾਜਵਾ ਨੂੰ ਦੁੱਖ ਜ਼ਰੂਰ ਲੱਗਾ, ਕਿਉਂਕਿ ਜਦੋਂ ਸਰਕਾਰਾਂ ਦੇ ਆਏ ਪੈਸੇ ਪਿੰਡਾਂ ਤੇ ਨਹੀਂ ਲੱਗਣੇ, ਠੀਕ ਹੈ, ਇੱਕ ਸੱਚਾ ਨੇਤਾ, ਠੀਕ ਹੈ, ਸਾਡੀ ਵਿਚਾਰਧਾਰਾ ਸੇਮ ਨਹੀਂ ਹੈਗੀ ਉਹਨਾਂ ਨਾਲ, ਕਿਤਨਾ ਕਿਤੇ ਉਹਨਾਂ ਨੂੰ ਵੀ ਦੁੱਖ ਲੱਗਾ ਵੀ ਹੁਣ ਲੋਕ ਇਕੱਠੇ ਕਰਕੇ ਪੈਸੇ ਲਾਉਣਗੇ। ਠੀਕ ਹੈ, ਚਲੋ ਥੋੜ੍ਹਾ ਵੇਟ ਕਰਿਓ, ਮੈਂ ਤੁਹਾਡੇ ਕੋਲ ਵਾਪਸ ਆਉਂਦਾ, ਮੈਂ ਆਪਣੇ ਦਰਸ਼ਕਾਂ ਨੂੰ ਵੀ ਕਹਾਂਗਾ ਕਿ ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ, ਜੇ ਤੁਹਾਡੇ ਪਿੰਡ ਦੇ ਵਿੱਚ ਵੀ ਇਸ ਤਰੀਕੇ ਨਾਲ ਬੋਲੀ ਲੱਗੀ ਹੈ ਤਾਂ ਤੁਸੀਂ ਫੇਸਬੁੱਕ ਤੇ ਜਾਓ, ਕਮੈਂਟ ਕਰ ਦਿਓ, ਆਪਣੇ ਪਿੰਡ ਦਾ ਨਾਮ ਲਿਖ ਦਿਓ, ਕਿੰਨੇ ਦੀ ਬੋਲੀ ਲੱਗੀ ਹੈ ਉਹ ਲਿਖ ਦਿਓ, ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਡਾ ਨਾਮ ਬੋਲ ਕੇ ਤੁਹਾਡੇ ਪਿੰਡ ਦੀ ਸਥਿਤੀ ਦੱਸ ਸਕਾਂ। ਟਵਿੱਟਰ ਹੈਂਡਲ ਤੁਹਾਨੂੰ ਨਜ਼ਰ ਆ ਰਿਹਾ ਮੇਰਾ, ਇਸ ਟਵਿੱਟਰ ਹੈਂਡਲ ਦੇ ਉੱਤੇ ਵੀ ਤੁਸੀਂ ਟਵੀਟ ਕਰ ਸਕਦੇ ਹੋ ਤਾਂ ਉਹ ਵੀ ਗੱਲ ਮੇਰੇ ਤੱਕ ਪਹੁੰਚ ਜਾਏਗੀ, ਮੇਰੀ ਟੀਮ ਪਹੁੰਚਾ ਦੇਗੀ। ਮੈਂ ਰੁਕ ਕਰਦਾ, ਪਾਸੀ ਸਾਹਿਬ ਸਾਡੇ ਨਾਲ ਨੇ, ਪਾਸੀ ਸਾਹਿਬ
ਠੀਕ ਹੈ ਇਹ ਕਨਸੈਪਟ, ਇਹ ਇਹ ਫਾਰਮੂਲਾ ਠੀਕ ਹੈ। 2 ਕਰੋੜ ਤੁਸੀਂ 5 ਲੱਖ ਰੁਪਏ ਸਰਬਸੰਮਤੀ ਨਾਲ ਦੇ ਰਹੇ ਹੋ, ਉਹ 5 ਲੱਖ ਤਾਂ ਕਿਤੇ ਨਜ਼ਰ ਵੀ ਨਹੀਂ ਆਏਗਾ ਜੇ 2 ਕਰੋੜ ਚ ਬੋਲੀ ਲੱਗ ਗਈ। ਗੌਰਵ ਜੀ ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ ਸਾਰੇ ਪੈਨਲਿਸਟ ਤੇ ਦਰਸ਼ਕਾਂ ਨੂੰ। ਇਹ ਕਨਸੈਪਟ ਠੀਕ ਤਾਂ ਸੋਚਣਾ ਵੀ ਗਲਤ ਹੈ ਜੀ। ਇਹ ਤਾਂ ਸਰੇਆਮ ਲੋਕਤੰਤਰ ਦਾ ਮਜ਼ਾਕ ਹੈ, ਲੋਕਤੰਤਰ ਦੀ ਮਰਿਆਦਾ ਦਾ ਉਲੰਘਣ ਹੈ। ਔਰ ਇਹਦੇ ਉੱਤੇ ਇਲੈਕਸ਼ਨ ਕਮਿਸ਼ਨ ਨੂੰ ਬਿਲਕੁਲ ਹੁਣੇ ਇਮੀਡੀਏਟਲੀ ਐਕਸ਼ਨ ਲੈਣਾ ਚਾਹੀਦਾ। ਲੇਕਿਨ ਇੱਕ ਚੀਜ਼ ਮੈਂ ਬੜਾ ਹੈਰਾਨ ਹੋ ਰਿਹਾ ਸੀ ਕਿ ਆਤਮਾ ਸਿੰਘ ਨੇ ਤਾਂ 2 ਕਰੋੜ ਦੀ ਜਿਹੜੀ ਬੋਲੀ ਦਿੱਤੀ ਉਹ ਦਿੱਤੀ, ਬੀਜੇਪੀ ਦੇ ਲੀਡਰ ਵਿਜੇ ਸੋਨੀ ਨੇ ਜਿਹੜਾ ਉਹਦਾ ਸਨਮਾਨ ਕੀਤਾ, ਤੇ ਉਸ ਤੋਂ ਬਾਅਦ ਜਿਹੜੇ ਬੀਜੇਪੀ ਦੇ ਸਪੋਕਸ ਪਰਸਨ ਇਹਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੈ, ਇਹ ਉਸੇ ਚੀਜ਼ ਦੀ ਤਰਜਮਾਨੀ ਕਰਦਾ ਕਿ ਭਾਰਤੀ ਜਨਤਾ ਪਾਰਟੀ ਲੋਕਤੰਤਰ ਦੀ ਹੱਤਿਆ ਕਰਨ ਚ ਕੋਈ ਗੁਰੇਜ਼ ਨਹੀਂ ਕਰਦੀ। ਇਹਨਾਂ ਦੀ ਸੋਚ ਹੀ ਪੈਸੇ ਨਾਲ ਲੋਕਤੰਤਰ ਨੂੰ ਨਸ਼ਟ ਕਰਨਾ ਹੈ। ਇਹਨਾਂ ਦੀ ਸੋਚ ਹੀ ਉਹੀ ਹੈ ਜੋ ਇਹਨਾਂ ਨੇ ਰੇਲ ਵੇਚਣ ਚ ਕੀਤੀ, ਭੇਲ ਵੇਚਣ ਚ ਕੀਤੀ, LIC ਵੇਚਣ ਚ ਕੀਤੀ, ਏਅਰਪੋਰਟ ਵੇਚਣ ਚ ਕੀਤੀ, ਹੁਣ ਮਤਲਬ ਸਰਪੰਚੀਆਂ ਇਲੈਕਸ਼ਨ ਹਰ ਕੁਝ ਵੇਚਣ ਦੀ ਇਹਨਾਂ ਨੇ ਜਿਹੜੀ ਸੋਚ ਦੀ ਤਰਜਮਾਨੀ ਕਰ ਰਹੀ ਹੈ। ਤੁਹਾਨੂੰ ਲੱਗਦਾ ਕਿ ਐਕਸ਼ਨ ਹੋਣਾ ਚਾਹੀਦਾ? ਬਿਲਕੁਲ, ਜਿਹੜਾ ਹੈ ਜੀ ਇਲੈਕਸ਼ਨ ਦੇ ਸੰਗਿਆਨ ਚ ਮੇਰੇ ਖਿਆਲ ਚ ਤਾਂ ਆ ਚੁੱਕੀ ਹੋਣੀ ਹੈ, ਕਿਉਂਕਿ ਬਹੁਤ ਸੋਸਾਇਟੀਜ਼ ਨੇ ਸਰਕਾਰ ਵੱਲੋਂ ਵੀ ਇਹਦੇ ਉੱਤੇ। ਔਰ ਇਹ ਜਿਹੜਾ 2 ਕਰੋੜ ਹੈ, ਇਹ 2 ਕਰੋੜ ਇਹ ਨਹੀਂ ਹੈ ਕਿ 2 ਕਰੋੜ ਸਾਮਲਾਤ ਦਾ ਲੈ ਕੇ ਲਾ ਦੇਣਗੇ। ਇਹ ਤਾਂ ਹੁਣ ਨਾ ਜਿਸ ਤਰ੍ਹਾਂ ਕਹਿੰਦੇ ਕਵਰ ਅਪ ਕਰਨ ਦੀ ਕਹਾਣੀ ਬਣਾਈ ਜਾ ਰਹੀ ਹੈ। ਉੱਥੇ ਇਹ ਗੱਲ ਹੋਈ, ਕਹਿੰਦਾ 2 ਕਰੋੜ ਜੇਬ ਤੋਂ ਦਊਂਗਾ, 5 ਮੈਂਬਰੀ ਕਮੇਟੀ ਬਣਾਈ ਜਾਏਗੀ, ਉਹਦੇ ਕੋਲ ਰੱਖਿਆ ਜਾਊਗਾ। ਠੀਕ ਹੈ, ਮਤਲਬ ਕੀ ਹੈ ਗੌਰਵ ਸ਼ੁਕਲਾ ਜੀ? ਪਾਸੀ ਸਾਹਿਬ ਦੇਖੋ, ਪਾਸੀ ਸਾਹਿਬ ਤੁਹਾਡੀ ਗੱਲ ਆ ਰਹੀ ਹੈ, ਠੀਕ ਹੈ, ਤੁਸੀਂ ਲੋਕਤੰਤਰ ਵਾਲੇ ਐਂਗਲ ਤੋਂ ਕਹਿ ਰਹੇ ਹੈ। ਜੋਸ਼ੀ ਸਾਹਿਬ ਨੇ ਸ਼ੁਰੂਆਤ ਚੀਜ਼ ਜ਼ਿਕਰ ਕਰ ਦਿੱਤਾ, ਕਹਿੰਦੇ ਜਦੋਂ ਸਰਕਾਰਾਂ ਵੱਲੋਂ ਗ੍ਰਾਂਟਸ ਨਹੀਂ ਆਣਗੀਆਂ ਤਾਂ ਫਿਰ ਇਹ ਵਾਲਾ ਪੈਸਾ ਵਰਤਣ 'ਚ ਗੁਰੇਜ਼ ਕੀ ਹੈ? ਗੌਰਵ ਜੀ, ਸਰਕਾਰਾਂ ਵੱਲੋਂ ਕਮੀ ਨਹੀਂ ਛੱਡੀ ਜਾ ਰਹੀ। ਹਾਂ, ਅਗਰ ਇਹ ਗੱਲ ਕਰ ਰਹੇ ਤਾਂ ਕੇਂਦਰ ਵੱਲੋਂ ਪੈਸਾ ਨਹੀਂ ਆਉਂਦਾ ਜਿਹੜਾ ਅਸਲੀ ਪੰਜਾਬ ਦੇ ਨਾਲ ਵਿਤਕਰਾ ਹੁੰਦਾ, ਲੇਕਿਨ ਪੰਜਾਬ ਸਰਕਾਰ ਨੇ ਹਰ ਵਸੀਲੇ ਵਰਤ ਕੇ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਲੋਕਾਂ ਨੂੰ ਸਹੂਲਤ ਦਿੱਤੀ ਹੈ। 2 ਕਰੋੜ ਨੌਕਰੀਆਂ ਵਾਲੇ ਝੂਠੇ ਲਾਰੇ ਨਹੀਂ ਲਾਏ, ਸਮਾਰਟ ਸਿਟੀਆਂ ਵਾਲੇ ਝੂਠੇ ਲਾਰੇ ਨਹੀਂ ਲਾਏ, ਇਹਨਾਂ ਦੀ ਤਰ੍ਹਾਂ 15 ਲੱਖ ਤਾਂ ਚਲੋ ਆਪ ਹੀ ਜੁਮਲਾ ਕਹਿਤਾ ਸੀ ਇਹਨਾਂ ਨੇ। ਇਹ ਇੱਕ ਸੋਚ, ਤੁਸੀਂ ਇੱਕ ਚੀਜ਼ ਦੇਖੋ ਨਾ ਗੌਰਵ ਜੀ, ਕਿ ਇੱਕ ਗਲਤ ਕੰਮ, ਬਿਲਕੁਲ ਲੋਕਤੰਤਰ ਦੀ ਹੱਤਿਆ ਦਾ ਕੰਮ, ਔਰ ਉਹ ਹਾਈਲਾਈਟ ਹੋ ਗਿਆ, ਤੇ ਫਿਰ ਉਹਦੀ ਜਸਟੀਫਿਕੇਸ਼ਨ ਇਹ ਬੀਜੇਪੀ ਨੂੰ ਇਹ ਦਰਸਾ ਰਹੀ ਹੈ ਕਿ ਬੀਜੇਪੀ ਜਿਹੜੀ ਹੈ ਲੋਕਤੰਤਰ ਲਈ ਕਿੱਡਾ ਵੱਡਾ ਖਤਰਾ ਬਣ ਚੁੱਕੀ ਹੈ। ਠੀਕ ਹੈ, ਚਲੋ ਮੈਂ ਤੁਹਾਡੇ ਕੋਲ ਵਾਪਸ ਆਉਣਾ, ਮੈਂ ਇੱਕ ਵਾਰ ਸਾਰੇ ਦੀ ਰਾਏ ਸਮਝ ਲਵਾਂ। ਮੈਂ ਸਮਝੀ ਰਾਏ ਸਮਝ ਲਵਾਂ, ਤੁਹਾਡੀ ਗੱਲ ਆ ਗਈ ਕਿ ਤੁਸੀਂ ਇਸ ਪੂਰੀ ਬੋਲੀ ਸਿਸਟਮ ਤੋਂ, ਆਕਸ਼ਨ ਵਾਲੀ ਸਿਸਟਮ ਦੇ ਅਗੇਂਸਟ ਹੋ, ਤੁਹਾਨੂੰ ਲੱਗ ਰਿਹਾ ਕਿ ਇਹ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਪੋਸੀਬਲ ਨਹੀਂ ਹੋ ਸਕਦਾ ਕਿ ਤੁਸੀਂ ਪੈਸੇ ਦੇ ਕੇ ਸੀਟ ਖਰੀਦ ਲਓ। ਖੜਿਆਲ ਸਾਹਿਬ, ਚਿੰਜਰ ਜੀ ਮੈਂ ਤੁਹਾਡੇ ਕੋਲ ਵੀ ਆਇਆ, ਖੜਿਆਲ ਸਾਹਿਬ ਤੁਸੀਂ ਆਪਣਾ ਸਟੈਂਡ ਕਲੀਅਰ ਕਰੋ ਕਿ ਕਾਂਗਰਸ ਸਿਸਟਮ ਕਿਵੇਂ ਦੇਖਦੀ ਹੈ। ਦੇਖੋ ਮੈਂ ਛੋਟਾ ਜਿਹਾ ਐਡ ਕਰ ਦਵਾਂ ਸਭ ਦੇ ਵਿਚਾਲੇ, ਪੁਆਇੰਟ ਇਹ ਹੈ ਕਿ ਜੇਕਰ ਇਲੈਕਸ਼ਨ ਹੁੰਦਾ ਹੈ, ਖੜਿਆਲ ਸਾਹਿਬ ਤੁਸੀਂ ਵੀ ਇਸ ਚੀਜ਼ ਨੂੰ ਸਮਝੋਗੇ, ਬਾਕੀ ਮਹਿਮਾਨ ਤੇ ਦਰਸ਼ਕ ਵੀ, ਜੇ ਇਲੈਕਸ਼ਨ ਹੁੰਦਾ ਹੈ ਤਾਂ 2 ਜਾਂ 3 ਲੋਕ ਸਰਪੰਚੀ ਵਾਸਤੇ ਖੜੇ ਨੇ, ਸਾਰੇ ਨੇ 30-30, 40-40 ਲੱਖ ਰੁਪਇਆ ਲਗਾ ਦਿੱਤਾ ਉਸ ਇਲੈਕਸ਼ਨ ਦੇ ਉੱਤੇ। ਪ੍ਰੈਕਟੀਕਲ ਗੱਲ ਕਰ ਰਹੇ ਹਾਂ, ਹੁਣ 30-40 ਹਜ਼ਾਰ ਦੇ ਵਿੱਚ ਇਲੈਕਸ਼ਨ ਹੁੰਦਾ ਉਹ ਤੁਸੀਂ ਵੀ ਕਹੋਗੇ, ਪਰ ਪ੍ਰੈਕਟੀਕਲ ਗੱਲ ਹੈ, ਆਪਾਂ ਨੂੰ ਪਤਾ ਕਿ ਕਈ ਪਿੰਡਾਂ ਦੇ ਵਿੱਚ 20-20 ਲੱਖ ਰੁਪਇਆ ਇੱਕ ਬੰਦਾ ਲਗਾ ਦਿੰਦਾ ਸਰਪੰਚੀ ਜਿੱਤਣ ਵਾਸਤੇ। ਜੇ 2 ਜਾਂ 3 ਲੋਕਾਂ ਨੇ 20-20, 25-25 ਲੱਖ ਰੁਪਏ ਲਗਾ ਦਿੱਤਾ, 70-75 ਲੱਖ ਰੁਪਇਆ ਲੱਗ ਗਿਆ, ਕਿਸੇ ਖਾਤੇ ਤਾਂ ਗਿਆ ਨਹੀਂ। ਜੇ ਹੁਣ ਉਹੀ 75 ਲੱਖ ਜਾਂ ਕਰੋੜ ਰੁਪਇਆ ਸਿੱਧਾ ਪੰਚਾਇਤ ਨੂੰ ਦੇ ਕੇ ਕੋਈ ਸਰਪੰਚ ਬਣਾਤਾ, ਤਾਂ ਕੀ ਇਸ ਫਾਰਮੂਲੇ ਤੇ ਵਿਚਾਰ ਨਹੀਂ ਕੀਤਾ ਜਾਣਾ ਚਾਹੀਦਾ? ਇਹ ਫਾਰਮੂਲਾ ਨਹੀਂ ਹੈ ਗੌਰਵ ਜੀ, ਜੀ ਇਹ ਸਾਡੇ ਲੋਕਤੰਤਰ ਨੂੰ ਖਤਮ ਕਰਨ ਦੀ ਤਰਕੀਬ ਹੈ। ਇਹ ਬੇਸਿਕਲੀ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੇ ਅੱਛੇ ਦਿਨ ਨੇ, ਚੰਗੇ ਦਿਨ ਜਿਹੜੇ ਲਿਆਉਣਾ ਚਾਹੁੰਦੇ ਸੀਗੇ। ਆਮ ਆਦਮੀ ਪਾਰਟੀ ਦੇ ਰਾਜ 'ਚ ਸਭ ਕੁਛ ਹੋ ਰਿਹਾ ਤੇ ਬੀਜੇਪੀ ਦਾ ਵਰਕਰ ਖੁੱਲ੍ਹੇਆਮ ਸ਼ਰੇਆਮ ਕਰਪਸ਼ਨ ਕਰ ਰਿਹਾ, ਤੇ ਮੈਨੂੰ ਦੁੱਖ ਇਸ ਚੀਜ਼ ਦਾ ਹੈ ਕਿ ਮਾਨ ਸਾਹਿਬ ਹੁਣ ਤੰਦਰੁਸਤ ਨੇ, ਸ਼ੁਕਰ ਹੈ ਰੱਬ ਦਾ,
ਲੇਕਿਨ ਮਾਨ ਸਾਹਿਬ ਨੇ ਇੱਕ ਦਫਾ ਇਹਦੇ ਬਿਆਨ ਨਹੀਂ ਦਿੱਤਾ ਵੀ ਇਹਨੂੰ ਕੰਡੈਮ ਕਰਦੇ ਵੀ ਆਹ ਗਲਤ ਕਰ ਰਹੇ ਹੈ ਅਤੇ ਕਹਿੰਦੇ ਵੀ ਇਹਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ, ਲੇਕਿਨ ਮਾਨ ਸਾਹਿਬ ਨੇ ਇੱਕ ਲਫ਼ਜ਼ ਨਹੀਂ ਕਿਹਾ। ਜਿਹੜੇ ਨਵੇਂ ਨਵੇਂ ਪੰਚਾਇਤ ਮੰਤਰੀ ਬਣੇ ਨੇ, ਫਸਟ ਟਾਈਮ MLA ਨੇ, ਮੰਨਿਆ ਕਿ ਤਜੁਰਬਾ ਹਜੇ ਨਹੀਂ ਹੈ ਇੰਨਾ, ਮੰਨਿਆ ਹਜੇ ਕੰਪੀਟੈਂਸ ਨਹੀਂ ਹੈ, ਹਜੇ ਵਿਜ਼ਨ ਨਹੀਂ ਹੈ ਡਿਵੈਲਪ, ਲੇਕਿਨ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਕੰਡੈਮ ਕਰਦੇ, ਕਾਰਵਾਈ ਦੀ ਮੰਗ ਕਰਦੇ। ਆਮ ਆਦਮੀ ਪਾਰਟੀ ਦੀ ਸਰਕਾਰ ਚੁੱਪ ਹੈ ਕਿਉਂਕਿ ਉਹਨਾਂ ਲਈ ਸ਼ਾਇਦ ਇਹ ਗਲਤ ਹੈ ਹੀ ਨਹੀਂ ਇਨ ਫਸਟ ਪਲੇਸ। ਦੂਜੀ ਗੱਲ ਹੈ ਭਾਰਤੀ ਜਨਤਾ ਪਾਰਟੀ ਦੀ ਜਾਖੜ ਸਾਹਿਬ ਕੈਪਟਨ ਅਮਰਿੰਦਰ ਸਿੰਘ ਜੀ, ਜਿਹੜੇ ਇਹਨਾਂ ਦੇ ਸਟਾਲਵਰਟਸ ਨੇ, ਵੱਡੇ ਲੀਡਰ ਨੇ, ਉਹਨਾਂ ਦੀ ਤਾਂ ਜ਼ਿੰਮੇਵਾਰੀ ਸੀ ਵੀ ਆਪਦੇ ਵਰਕਰ ਨੂੰ ਕਹਿੰਦੇ ਆਹ ਕੀ ਕਰੀ ਜਾਂਦਾ, ਖੁੱਲ੍ਹੇਆਮ ਸ਼ਰੇਆਮ ਤੂੰ ਸਰਪੰਚੀ ਖਰੀਦੀ ਜਾਂਦਾ ਅਤੇ ਲੋਕਤੰਤਰ ਨੂੰ ਡੰਡਾ ਤੰਤਰ ਦੇ ਵਿੱਚ ਤਬਦੀਲ ਕਰੀ ਜਾਂਦਾ। ਉਹ ਸਾਰੇ ਗਰੀਬ ਲੋਕਾਂ ਦਾ ਕੀ ਕਸੂਰ ਹੈ ਜੀ ਗੌਰਵ ਜੀ, ਜਿਹੜੇ ਅਫੋਰਡ ਨਹੀਂ ਕਰ ਸਕਦੇ 2 ਕਰੋੜ ਦੇਣਾ? ਉਹ ਸਾਰੇ ਗਰੀਬਾਂ ਦਾ, ਜਿਹੜੇ ਹੰਬਲ ਬੈਕਗਰਾਉਂਡ ਤੋਂ ਆਉਂਦੇ ਨੇ, ਆਮ ਘਰਾਂ ਦੇ ਲੋਕ ਨੇ, ਮਿਡਲ ਕਲਾਸ ਦੇ ਲੋਕ ਨੇ, ਉਹਨਾਂ ਲਈ ਤਾਂ ਇਹ ਚੀਜ਼ ਫਿਰ ਐਗਜ਼ਿਸਟ ਹੀ ਨਹੀਂ ਕਰੂਗੀ, ਬਣ ਹੀ ਨਹੀਂ ਸਕਦੇ ਸਰਪੰਚ। ਫਿਰ ਦੂਜੀ ਗੱਲ ਗੌਰਵ ਜੀ, ਜ਼ਰੂਰੀ ਗੱਲ ਇਹ ਹੈ ਕਿ ਇਹ ਜਿਹੜਾ ਸਿਸਟਮ ਹੈ ਐਂਡੋਰਸ ਕਰ ਰਹੇ ਨੇ BJP ਵਾਲੇ ਸਾਡੇ ਭਰਾ, ਇਹ ਦੱਸ ਸਕਦੇ? ਕਹਿ ਰਹੇ ਜੀ ਪੈਸਾ ਲੱਗੂਗਾ ਪਿੰਡ 'ਤੇ, ਪਹਿਲੀ ਗੱਲ ਤਾਂ ਕੀ ਹੈ ਸੋਰਸ ਆਫ ਮਨੀ? ਇਹ ਪੈਸਾ ਆਇਆ ਕਿੱਥੋਂ? 2 ਕਰੋੜ ਰੁਪਇਆ, ਇਹ 2 ਨੰਬਰ ਦਾ ਪੈਸਾ, 1 ਨੰਬਰ ਦਾ ਪੈਸਾ ਬਲੈਕ ਦਾ, ਮਨੀ ਲਾਂਡਰਿੰਗ ਹੋ ਰਹੀ ਹੈ, ਹੋ ਕੀ ਰਿਹਾ? ਦੂਜੀ ਗੱਲ, ਕਾਰਵਾਈ ਕਿਉਂ ਨਹੀਂ ਹੋਣੀ ਚਾਹੀਦੀ? ਕਿਉਂਕਿ ਇਹ ਖੁੱਲ੍ਹੇਆਮ ਸ਼ਰੇਆਮ ਕਰਪਸ਼ਨ ਹੈ, ਓਫੈਂਸ IPC ਦੇ ਅੰਡਰ, ਹੁਣ ਤੱਕ ਪਰਚਾ ਦਰਜ ਹੋ ਜਾਣਾ ਚਾਹੀਦਾ ਸੀ, ਹੋਇਆ ਨਹੀਂ। ਜਾਖੜ ਸਾਹਿਬ ਨੂੰ ਕਹਿਣਾ ਚਾਹੀਦਾ ਸੀ ਅਸੀਂ ਪਾਰਟੀ 'ਚੋਂ ਬਰਖਾਸਤ ਕਰਦੇ ਜਾਂ ਵਰਕਰ ਅਸੀਂ ਰੱਖਣਾ ਨਹੀਂ ਹੈ। ਹੁਣ ਗੱਲ ਇਹ ਗੌਰਵ ਜੀ, ਪਹਿਲੀ ਗੱਲ ਤਾਂ ਸੋਰਸ ਨਹੀਂ ਪਤਾ ਪੈਸਾ ਆਇਆ ਕਿੱਥੋਂ ਹੈ ਅਤੇ ਪੈਸਾ ਜਾਊ। ਹੁਣ ਦੂਜੀ ਗੱਲ, ਜਦੋਂ ਬੰਦਾ ਪੈਸੇ ਦੇ ਕੇ ਸਰਪੰਚ ਬਣੂਗਾ ਤਾਂ ਤੁਹਾਨੂੰ ਕੀ ਲੱਗਦਾ ਉਹ ਪੈਸਾ ਪੂਰਾ ਨਹੀਂ ਕਰੂਗਾ ਗੌਰਵ ਜੀ? 2 ਕਰੋੜ ਪੂਰਾ ਹੋ ਜਾਏਗਾ? ਮੈਂ ਪੂਰਾ ਦਿਨ ਇਸੀ ਗੱਲ ਤੇ ਚਰਚਾ ਆਪਣੀ ਟੀਮ ਦੇ ਨਾਲ ਵੀ ਕਰਦਾ ਰਹੇ, ਪੂਰਾ ਤਾਂ 2 ਕਰੋੜ ਰੁਪਇਆ ਚਰਚਾ ਹੋ ਜੂ। ਮੈਂ ਕਹਿੰਦਾ ਚਲੋ ਪੂਰਾ ਹੋ ਹੀ ਨਹੀਂ ਸਕਦਾ, ਨਹੀਂ ਹੋ ਸਕਦਾ ਨਾ 2 ਕਰੋੜ ਪੂਰਾ ਜਿਵੇਂ ਕਰਦਾ। ਸੁਣੋ ਤਾਂ ਸਹੀ, ਬੇਨਤੀ ਤਾਂ ਸੁਣੋ, 2 ਕਰੋੜ ਪੂਰਾ ਨਹੀਂ ਹੋ ਸਕਦਾ ਕਿ ਉਹ ਜ਼ੋਰ ਨਹੀਂ ਲਾਊ ਜਿੰਨਾ ਹੋ ਸਕੇ ਉਹਨਾਂ ਕਰਨਾ, ਚਾਹੇ 50 ਲੱਖ ਹੋ ਜਾਏ, 40 ਲੱਖ ਹੋ ਜਾਏ, 30 ਲੱਖ ਹੋ ਜਾਏ, ਉੱਥੇ ਫਿਰ ਡਿਵੈਲਪਮੈਂਟ ਤੇ ਵਿਕਾਸ ਕਿੱਥੇ ਹੋਊਗਾ? ਉੱਥੇ ਵਿਕਾਸ ਨਹੀਂ ਹੋਊ, ਉੱਥੇ ਜੇਬਾਂ ਭਰੀਆਂ ਜਾਣਗੀਆਂ, ਉੱਥੇ ਕਰਪਸ਼ਨ ਹੋਊਗੀ ਤੇ ਇਸ ਚੀਜ਼ ਨੂੰ ਇਨਕਰੇਜ ਕੀਤਾ ਜਾ ਰਿਹਾ। ਪ੍ਰੋਬਲਮ ਪਤਾ ਕੀ ਹੈ ਗੌਰਵ ਜੀ? ਪ੍ਰੋਬਲਮ ਇਹ ਹੈ ਕਿ ਜਦੋਂ ਆਪਾਂ ਨੂੰ ਇਹ ਨਹੀਂ ਪਤਾ ਵੀ ਕੋਈ ਗਾਰੰਟੀ ਨੂੰ, ਜਿਵੇਂ ਜੋਸ਼ੀ ਸਾਹਿਬ ਨੇ ਇਹਨੂੰ ਸਪੋਰਟ ਕੀਤਾ, ਜੋਸ਼ੀ ਸਾਹਿਬ ਗਾਰੰਟੀ ਦੇ ਸਕਦੇ ਪੈਸਾ ਪਿੰਡ ਦੇ ਵਿਕਾਸ ਤੇ ਲੱਗੂਗਾ, ਇਹਦੀ ਕੋਈ ਗਾਰੰਟੀ ਵੀ ਨਹੀਂ ਹੈ। ਸੋ ਪ੍ਰੋਬਲਮ ਤੇ ਪ੍ਰੋਬਲਮ ਹੈ ਗੌਰਵ ਜੀ। ਹੁਣ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੇ MLA ਨੇ ਥ੍ਰੈਟਨ ਕੀਤਾ, ਉਹਦੇ ਬਿਆਨ ਕੀ ਦਿੱਤਾ, ਕਹਿੰਦਾ ਬੰਦੇ ਦੇ ਪੁੱਤ ਬਣਾ ਦਾਂਗੇ ਸਰਪੰਚ, ਤਾਂ ਉਹਨੇ ਡਿਕਲੇਅਰ ਕੀਤਾ, ਉਹਨੇ ਇਹ ਨਹੀਂ ਕਿਹਾ ਵੀ ਅਸੀਂ ਕੰਟੈਸਟ ਕਰਾਂਗੇ, ਕਹਿੰਦਾ ਸਰਪੰਚ ਆ ਹੈ ਜੀ। ਹੁਣ ਮੇਰਾ ਆਮ ਆਦਮੀ ਪਾਰਟੀ ਨੂੰ ਸਵਾਲ ਹੈ ਕਿ ਮੰਨਿਆ ਤੁਹਾਡੀ ਸਰਕਾਰ ਹੈ, ਮੰਨਿਆ ਤੁਹਾਡੇ MLA, ਲੇਕਿਨ ਲੋਕਤੰਤਰ ਹੈ, ਲੋਕਤੰਤਰ ਦੇ ਵਿੱਚ ਲੋਕ ਪ੍ਰਮੁੱਖ ਨੇ, ਤੇ ਤੁਸੀਂ ਕਿਹੜੇ ਹਿਸਾਬ ਨਾਲ ਲੋਕਾਂ ਦਾ ਹੱਕ ਮਾਰ ਕੇ, ਲੋਕਾਂ ਦੀਆਂ ਵੋਟਾਂ ਮਾਰ ਕੇ ਡਿਕਲੇਅਰ ਕਰਤਾ ਜੀ? ਫਿਰ ਉਹ ਤੋਂ ਬਾਅਦ ਇਹ ਕਹਿਣਾ ਕਿ ਬੰਦੇ ਦਾ ਬੰਦਾ ਬਣਾ ਦਾਂਗੇ, ਆਹ ਕਰ ਦਾਂਗੇ, ਉਹ ਕਰ ਦਾਂਗੇ, ਥ੍ਰੈਟ ਜਾਰੀ ਕਰਨਾ, ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਚੁੱਪ ਕਿਉਂ ਹੈ? ਇਹਨਾਂ ਦੇ ਮੰਤਰੀ ਕੀ, ਇੰਨੀ ਗੱਲ ਦਾ ਜਵਾਬ ਦੇਣ, ਸਪੈਸੀਫਿਕ ਸਵਾਲ ਹੈ, ਆਮ ਆਦਮੀ ਪਾਰਟੀ ਕੀ ਕੰਡੈਮ ਕਰੂਗੀ, ਉਹਦੇ ਖਿਲਾਫ਼ ਕਾਰਵਾਈ ਕਰੂਗੀ ਕਿ ਨਹੀਂ? ਤੇ BJP ਨੂੰ ਮੈਂ ਪੁੱਛੂਗਾ, ਡੈਲੀਗੇਸ਼ਨ ਭੇਜਣ ਲੱਗੇ ਦਾ ਮਿੰਟ ਲਾਉਂਦੇ, ਡੈਲੀਗੇਸ਼ਨ ਨੂੰ ਭੇਜਦੇ ਇਲੈਕਸ਼ਨ ਕਮਿਸ਼ਨ ਕੋਲੇ ਕਿ ਸਾਡੇ ਵਰਕਰ ਦੇ ਖਿਲਾਫ਼ ਕਾਰਵਾਈ ਕਰੋ, ਵੀ ਵਿਲ ਲੀਡ ਬਾਈ ਐਗਜ਼ਾਮਪਲ। ਮੈਂ ਥੋੜੇ ਪ੍ਰੈਕਟੀਕਲ ਤੇ ਬਾਕੀ ਡੈਮੋਕ੍ਰੇਸੀ ਦਾ ਆਪਾਂ ਜ਼ਿਕਰ ਕਰ ਹੀ ਰਹੇ ਹਾਂ, ਲੋਕਤੰਤਰ ਦਾ ਜ਼ਿਕਰ ਕਰ ਰਹੇ ਹਾਂ। ਸਾਡੇ ਨਾਲ ਸਰਬਜੀਤ ਸਿੰਘ ਝਿੰਜਰ ਜੁੜੇ ਹੋਏ ਨੇ, ਯੂਥ ਅਕਾਲੀ ਦਲ ਦੇ ਪ੍ਰਧਾਨ ਨੇ। ਝਿੰਜਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੋਂ। ਥੋੜ੍ਹਾ ਜਿਹਾ ਅਕਾਲੀ ਦਲ ਇਸ ਨੂੰ ਕਿਵੇਂ, ਕਿਸ ਨਜ਼ਰ ਦੇ ਨਾਲ ਦੇਖ ਰਿਹਾ, ਸਪਸ਼ਟ ਕਰੋ। ਦੇਖੋ ਬਹੁਤ ਸਾਰੇ ਮੈਸੇਜ ਇਸ ਸਮੇਂ ਮੇਰੇ ਕੋਲ ਵੀ ਆ ਰਹੇ ਨੇ। ਇੱਕ ਸਾਡੇ ਕੋਲ ਗੁਰਪ੍ਰੀਤ ਸਿੰਘ ਦਾ ਮੇਰੇ ਕੋਲ ਮੈਸੇਜ ਆਇਆ, ਉਹ ਪਿੰਡ ਹੈਗਾ ਲਿੱਦਰ, ਜ਼ਿਲ੍ਹਾ ਜਲੰਧਰ। ਉਹਨਾਂ ਨੇ ਜ਼ਿਕਰ ਕੀਤਾ ਕਿ ਪਿੰਡ ਦੇ ਵਿੱਚ ਜੀ 11,000 ਤੋਂ ਕੰਮ ਸ਼ੁਰੂ ਹੋਇਆ ਸੀ, ਇੱਕ ਨੇ 11,000 ਕਿਹਾ, 20,000 ਕਿਹਾ, ਫਿਰ ਇੱਕ ਨੇ ਕਹਿ ਦਿੱਤਾ 50,000, ਅਤੇ ਜਿਹਨੇ 50,000 ਕਿਹਾ ਸੀ ਸਰਬਸੰਮਤੀ ਦੇ ਨਾਲ ਉਹਨੂੰ ਸਰਪੰਚ ਬਣਾ ਦਿੱਤਾ ਗਿਆ ਜਾਂ ਚੁਣ ਲਿਆ ਗਿਆ। ਹੁਣ ਗੱਲ ਇਹ, ਕਿਉਂ ਕਹਿੰਦੇ ਇਸ ਤਰੀਕੇ ਨਾਲ ਹੀ ਵੱਖ ਵੱਖ ਪਿੰਡਾਂ ਦੇ ਵਿੱਚ ਇਹੀ ਫਾਰਮੂਲਾ ਇਹ ਲੱਗ ਰਹੇ ਹੈ, ਕਿ ਬਾਕੀ ਇਹ ਫਾਰਮੂਲਾ ਹੁੰਦਾ ਹੈ ਜਾਂ ਨਹੀਂ, ਕਿ ਬਾਕੀ ਇਸ ਵਾਰੀ ਨਵਾਂ ਕੁਝ ਸੁਣ ਰਹੇ ਹਾਂ ਕਿ ਇਸ ਵਾਰ ਪੈਸਿਆਂ ਦੇ ਨਾਲ ਸਰਪੰਚ ਚੁਣੇ ਜਾ ਰਹੇ ਨੇ। ਝਿੰਜਰ ਸਾਹਿਬ
ਦੇਖੋ ਗੌਰਵ ਜੀ, ਪਹਿਲੀ ਗੱਲ ਤਾਂ ਜਿਹੜਾ ਇਹ ਫਾਰਮੂਲਾ, ਇਹਨੂੰ ਇਹ ਫਾਰਮੂਲਾ ਜਾਂ ਲੋਕਤੰਤਰ ਦੀ ਹੱਤਿਆ, ਇਹਨੂੰ ਮੁੰਡੋ ਅਸੀਂ ਨਕਾਰਦੇ, ਇਹ ਗੱਲ ਬਿਲਕੁਲ ਹੋਣੀ ਨੀ ਚਾਹੀਦੀ ਜੀ। ਇੱਕ ਗੱਲ ਦੱਸੋ ਵੀ ਜੇ ਪੈਸੇ ਲਾ ਕੇ ਬੋਲੀਆਂ ਲਾ ਕੇ ਸਰਪੰਚ ਬਣਨੇ ਹੋਣ ਫਿਰ ਦੇਸ਼ ਆਜ਼ਾਦ ਕਾਹਦੇ ਲਈ ਕਰਾਇਆ ਸੀ ਆਪਾਂ ਨੇ? ਲੋਕਤੰਤਰ ਦਾ ਮਤਲਬ ਕੀ ਆ? ਲੋਕਤੰਤਰ ਦਾ ਮਤਲਬ ਹੈ ਕਿ ਲੋਕ ਆਪਣੇ ਨੁਮਾਇੰਦਿਆਂ ਨੂੰ ਆਪ ਚੁਣਨ। ਬਿਲਕੁਲ, ਸਰਪੰਚ ਜਿਹੜੀ ਉਹ ਪਹਿਲੀ ਪੌੜੀ ਹੈ, ਲੋਕਤੰਤਰ ਦੀ ਨੀਂਹ ਹੈ ਸਰਪੰਚੀ। ਦੇਖੋ ਗੌਰਵ ਜੀ, ਮੈਨੂੰ ਵੀ ਅੱਜ ਪਾਰਟੀ ਨੇ ਇੱਥੇ ਡਿਬੇਟ ਤੇ ਸਰਪੰਚੀ ਵਾਲੇ ਮੁੱਦੇ ਤਾਂ ਭੇਜਿਆ ਕਿਉਂਕਿ ਮੈਂ ਖੁਦ ਸਰਪੰਚ ਰਿਹਾ 2013 ਦੇ ਵਿੱਚ। 2013 ਚ ਅਸੀਂ ਚੋਣ ਲੜੀ ਆ, ਅਕਾਲੀ ਦਲ ਦੀ ਸਰਕਾਰ ਸੀ ਤੇ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਅਸੀਂ ਬਕਾਇਦਾ ਚੋਣਾਂ ਲੜ ਕੇ, ਮਤਲਬ ਲੜਾਈ ਲੜ ਕੇ ਅਸੀਂ ਚੋਣਾਂ ਲੜ ਕੇ ਅਸੀਂ ਸਰਪੰਚ ਬਣ ਕੇ ਬਾਅਦ ਵਿੱਚ ਆਪਣਾ ਪਿੰਡ ਦੀ ਸੇਵਾ ਕੀਤੀ ਹੈ। ਜੇ ਜੇ ਪੈਸੇ ਦੇ ਨਾਲ ਸਰਪੰਚੀਆਂ ਲੈਣੀਆਂ ਨੇ, ਲੋਕਤੰਤਰ ਕਿੱਥੇ ਰਹਿ ਗਿਆ? ਜੋਸ਼ੀ ਸਾਹਿਬ, ਤੁਸੀਂ ਨੈਸ਼ਨਲ ਪਾਰਟੀ ਦੇ ਮਤਲਬ ਬੁਲਾਰੇ ਹੋ, ਦੇਸ਼ ਦੇ ਵਿੱਚ ਤੁਹਾਡਾ ਰਾਜ ਆ ਤੇ ਤੀਜੀ ਵਾਰ ਤੁਹਾਡੇ ਪ੍ਰਧਾਨ ਮੰਤਰੀ ਬਣੇ ਨੇ। ਮੈਂ ਤਾਂ ਹੈਰਾਨ ਆ, ਮਤਲਬ ਬੀਜੇਪੀ ਦੇ ਬੁਲਾਰੇ ਤੋਂ ਜੋਸ਼ੀ ਸਾਹਿਬ, ਕਿ ਤੁਸੀਂ ਸਮਝਦਾਰ ਬੰਦੇ ਹੋ, ਇਹ ਕਿਹੜੇ ਰਾਹ ਤੁਰ ਪਏ ਤੁਸੀਂ? ਤੁਸੀਂ ਤਾਂ ਕਹੋ ਕਿ ਭਾਈ ਇਹ ਪਾਰਟੀ ਦਾ ਮੁੱਦਾ ਥੋੜਾ ਜਿਹਾ ਕਿਸੇ ਨੇ ਕੀਤਾ ਤਾਂ ਗਲਤ ਕੀਤਾ, ਏਦਾਂ ਨਹੀਂ ਹੋਣਾ ਚਾਹੀਦਾ। ਜੇ ਇਸ ਹਿਸਾਬ ਨਾਲ, ਜਿਵੇਂ ਗੌਰਵ ਜੀ ਤੁਸੀਂ ਵੀ ਸਟਾਰਟਿੰਗ ਦੇ ਵਿੱਚ ਬੋਲਿਆ ਕਿ ਜੇ ਪੈਸੇ ਦੇ ਕੇ ਅੱਜ ਸਰਪੰਚੀ ਲਈ ਜਾਂਦੀ ਆ, ਫਿਰ ਤਾਂ ਕੱਲ ਨੂੰ MLA MP ਮੰਤਰੀ ਤੇ ਪ੍ਰਧਾਨ ਮੰਤਰੀ ਮੁੱਖ ਮੰਤਰੀ ਬਸ ਪੈਸੇ ਦੋ, ਜਿਹਦੇ ਕੋਲ ਵੱਧ ਜਿੰਨੇ 1,000 ਕਰੋੜ ਪ੍ਰਧਾਨ ਮੰਤਰੀ ਔਰ ਮੁੱਖ ਮੰਤਰੀ ਆ, ਫਿਰ ਲੋਕਤੰਤਰ ਕਿੱਥੇ ਰਹਿ ਗਿਆ? ਦੂਜੀ ਗੱਲ, ਪਿੰਡ ਦੇ ਵਿੱਚ ਲੋਕਤੰਤਰ ਦਾ ਮਤਲਬ ਹੈ ਕਿ ਚਾਹੇ ਕੋਈ ਵੱਡਾ, ਚਾਹੇ ਕੋਈ ਛੋਟਾ, ਚਾਹੇ ਕੋਈ ਇੱਕ ਦਿਹਾੜੀ ਧੱਪਾ ਕਰਨ ਵਾਲਾ, ਇੱਕ ਬਿਲਕੁਲ ਇੱਕ ਆਮ ਗਰੀਬ ਪਰਿਵਾਰ ਪਿੰਡ ਦੇ ਵਿੱਚ, ਉਹਦਾ ਵੀ ਹੱਕ ਬਣਦਾ ਕਿ ਪਿੰਡ ਦਾ ਸਰਪੰਚ ਬਣੇ, ਪਿੰਡ ਦਾ ਪੰਚ ਬਣੇ ਤੇ ਵੋਟਾਂ ਦੇ ਵਿੱਚ ਖੜੇ। ਤੇ ਜੇ ਐਵੇਂ ਪੈਸੇ ਦੇ ਕੇ ਸਰਪੰਚੀਆਂ ਬੰਚੀਆਂ ਲੈਣੀ ਨੇ, ਫਿਰ ਲੋਕਤੰਤਰ ਕਿੱਥੇ ਰਹਿ ਗਿਆ? ਦੂਜੀ ਗੱਲ, ਦੂਜੇ ਆਮ ਆਦਮੀ ਪਾਰਟੀ ਦੇ ਬੁਲਾਰੇ ਵੀ ਬੈਠੇ ਨੇ, ਇਹ ਆਮ ਆਦਮੀ ਪਾਰਟੀ ਦੇ ਮਤਲਬ ਇਹ ਕਹਿ ਰਹੇ ਨੇ ਕਿ ਅਸੀਂ ਚੋਣਾਂ ਕਰਵਾ ਰਹੇ ਹਾਂ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਗੌਰਵ ਜੀ ਕਿ ਅੱਜ ਪੰਜਾਬ ਦੇ ਵਿੱਚ ਲੋਕਤੰਤਰ ਦੀ ਮਜ਼ਾਕ ਉਡਾਇਆ ਜਾ ਰਿਹਾ। ਸਰਪੰਚੀ ਦੀਆਂ ਚੋਣਾਂ ਐ ਅਨਾਊਂਸ ਕਰ ਦਿੱਤੀਆਂ ਗਈਆਂ, ਕੋਈ ਤਿਆਰੀ ਨਹੀਂ, ਬਿਨਾਂ ਤਿਆਰੀ ਤੋਂ ਵੋਟਰ ਲਿਸਟਾਂ, ਮੈਂ ਦਾਵਾ ਕਰਦਾ ਕਿ ਵੋਟਰ ਲਿਸਟਾਂ ਸਾਰੀਆਂ ਪੁਰਾਣੀਆਂ ਨੇ, ਸਾਰੀਆਂ 2010 ਦੇ ਵਿੱਚ ਜਿਹੜੇ ਡੈਥ ਹੋ ਚੁੱਕੀ ਆ ਉਹਨਾਂ ਦੇ ਨਾਂ ਫਿਰਦੇ ਨੇ, ਜਿਹੜੇ ਨਵੇਂ ਵੋਟਰ ਨੇ ਉਹਦੇ ਨਾਂ ਹੀ ਨਹੀਂ ਹੈਗੇ। ਕਿਉਂਕਿ ਕਾਹਲੀ ਦੇ ਵਿੱਚ ਉਹੀ ਜਿਹੜੀਆਂ ਕਾਂਗਰਸ ਵੇਲੇ ਵਾਰਡ ਬੰਦੀਆਂ ਚੱਕ ਕੇ ਦੇਤੀਆਂ, ਇਹੋ ਜਿਹੇ ਕੇਸ ਨੇ ਕਿ ਕਿਤੇ ਜਿੱਥੇ ਸਾਰੇ ਪਿੰਡ ਦੇ ਵਿੱਚ ਰਿਜ਼ਰਵ ਨਹੀਂ ਕਰਨੀ, ਰਿਜ਼ਰਵ ਕਰਤੀ, ਕਈ ਪਿੰਡਾਂ ਨੂੰ 3-3 ਵਾਰ ਲਗਾਤਾਰ ਰਿਜ਼ਰਵ ਕਰੇ ਹੁੰਦੇ ਨੇ। ਜਿਹੜੀ ਰਿਜ਼ਰਵੇਸ਼ਨ ਹੈ ਉਹਦੇ ਵਿੱਚ ਰੌਲਾ, ਠੀਕ ਹੈ, ਜਿਹੜੀ ਬਾੜਬੰਦੀ ਆ ਉਹਦੇ ਵਿੱਚ ਰੌਲਾ, ਵੋਟਰ ਲਿਸਟਾਂ ਹੁਣ ਤੱਕ ਨਹੀਂ ਹੁੰਦੀਆਂ, ਤੇ ਜਿਹੜੇ ਫਾਰਮ ਭਰਨ ਜਾ ਰਹੇ ਨੇ ਕਿਸੇ ਨੂੰ NOC ਸਰਟੀਫਿਕੇਟ ਨਹੀਂ, ਕਿਸੇ ਨੂੰ ਚੁੱਲ੍ਹਾ ਟੈਕਸ ਨਹੀਂ, ਤੇ ਹਾਲਾਤ ਇੱਥੋਂ ਤੱਕ ਨੇ ਕਿ MLA ਇਹਨਾਂ ਦੇ ਮੋਢਿਆਂ ਤੇ ਹੱਥ ਮਾਰ ਕੇ ਕਹਿੰਦੇ ਨੇ ਕਿ ਆਓ ਜਿਹੜਾ ਖੱਬੀ ਕਰਨਾ ਸਾਡੇ ਬੰਦੇ ਦਾ ਬਰਬਾਰਾ ਭਰੋ, ਇਹ ਲੋਕਤੰਤਰ ਹੈ? ਠੀਕ ਹੈ, ਇਹ ਸਰਪੰਚੀ ਦੀ ਆਵਾਜ਼, ਇਹ ਤਾਂ ਤੁਸੀਂ ਤੁਸੀਂ ਚਿੰਜਰ ਸਾਹਿਬ ਤੁਸੀਂ ਖੁਦ ਜ਼ਿਕਰ ਕਰ ਦਿੱਤਾ ਕਿ ਸਰਪੰਚ ਤੁਸੀਂ ਰਹੇ ਹੋ, ਚੁਣੇ ਗਏ ਹੋ, ਤੁਸੀਂ ਪਹਿਲਾਂ ਕਦੇ ਨਹੀਂ ਸੁਣਿਆ ਕਿ ਕਦੇ ਕੋਈ ਪਿੰਡ ਦੇ ਵਿੱਚ ਪੈਸੇ ਜਾਂ ਬੋਲੀ ਲਗਾ ਕੇ ਸਰਪੰਚੀ ਦੇ ਦਿੱਤੀ ਗਈ ਹੋਵੇ? ਮੈਂ ਇਹ ਨਹੀਂ, ਇਹ ਬਿਲਕੁਲ ਮੈਂ ਨਕਾਰਦਾ ਨਹੀਂ ਕਿ ਪਹਿਲਾਂ ਨਹੀਂ ਸੁਣਿਆ, ਪਰ ਜਿਹੜੇ ਹਾਲਾਤ ਇਸ ਵਾਰ ਨੇ ਇਦਾਂ ਦੇ ਵੀ ਨਹੀਂ ਕਦੇ ਸੁਣੇ ਕਿ ਪੈਸੇ। ਹੁਣ ਤੁਸੀਂ ਵਾਰ ਵਾਰ ਤੁਸੀਂ ਵੀ ਕਿਹਾ, ਖੜਿਆਲ ਸਾਹਿਬ ਨੇ ਵੀ ਜ਼ਿਕਰ ਕੀਤਾ ਕਿ ਆਮ ਬੰਦਾ ਕਿਵੇਂ ਇਲੈਕਸ਼ਨ ਲੜੇਗਾ। ਹੁਣ ਗੱਲ ਇਹ ਹੈ ਕਿ ਜਿਸ ਪਿੰਡ ਦੇ ਵਿੱਚ 20-20 ਲੱਖ ਰੁਪਏ ਖਰਚ ਕੀਤਾ ਜਾ ਰਿਹਾ ਹੋਵੇ ਇੱਕ ਸਰਪੰਚੀ ਦੀ ਸੀਟ ਦੇ ਉੱਤੇ, ਉੱਥੇ ਕੌਣ ਆਮ ਬੰਦਾ ਜਾ ਕੇ ਇਲੈਕਸ਼ਨ ਲੜ ਲਏਗਾ? ਇਹ ਮਤਲਬ ਪ੍ਰੈਕਟੀਕਲ ਗੱਲ ਹੈ, ਆਪਾਂ ਨੂੰ ਪਤਾ ਇੱਕ ਵਾਰਡ ਦਾ ਇਲੈਕਸ਼ਨ, ਸਰਪੰਚੀ ਦਾ ਇਲੈਕਸ਼ਨ, MLA ਦਾ ਇਲੈਕਸ਼ਨ ਆਮ ਬੰਦੇ ਦੇ ਵੱਸ ਦੀ ਗੱਲ ਤਾਂ ਹੈ ਨਹੀਂ।
ਫਿਰ ਸਰਕਾਰ ਕੀ ਕਰ ਰਹੀ? ਬਿਲਕੁਲ ਨੀ, ਬਿਲਕੁਲ ਵੀ ਗੱਲ ਨੀ। ਫਿਰ ਸਰਕਾਰ ਕੀ ਕਰ ਰਹੀ ਆ? ਸਰਕਾਰ ਮੇਰੇ ਸਖ਼ਤੀ ਕਿਉਂ ਨੀ ਕਰਦੀ? ਚੋਣ ਕਮਿਸ਼ਨ ਕੀ ਕਰ ਰਿਹਾ? ਜ਼ਿਲ੍ਹੇ ਦੀ ਜਿਹੜੀ ਜਿਹੜੀ ਸਾਰਾ ਅਮਲ ਹੈ ਉਹ ਕੀ ਕਰ ਰਿਹਾ ਜੇ ਨਿਗਾਹ ਨੀ ਰੱਖ ਰਿਹਾ? ਤੇ MLA MP ਦਾ ਇਕੱਲਾ ਇਕੱਲਾ ਹਿਸਾਬ ਰੱਖਿਆ ਜਾਂਦਾ ਕਿੰਨੇ ਪੈਸੇ ਖਰਚੇ ਆ ਰਹੇ ਨੇ, ਫਿਰ ਸਰਪੰਚਾਂ ਦਾ ਵੀ ਰੱਖੋ, ਇਹਦੀ ਜ਼ਿੰਮੇਵਾਰੀ ਕਿਹਦੀ ਬਣਦੀ ਆ? ਨਹੀਂ ਸਾਰੇ ਹਿਸਾਬ ਤਾਂ ਹੁੰਦੇ ਨੇ, ਤੁਸੀਂ ਵੀ ਜਾਣਦੇ ਹੋ ਕਿ ਸਰਕਾਰ ਦੀ ਬਣਦੀ ਆ। ਸਰਕਾਰ ਕਿੱਥੇ ਆ? ਸਰਕਾਰ ਤਾਂ ਕਰਕੇ ਨੌ ਕੁੱਟਾਂ ਹੱਥਕੜੀ ਕਰਕੇ ਵਿਹਲੀ ਹੋਈ ਫਿਰਦੀ ਆ ਕਿ ਆਪ ਹੀ ਮਰੋ ਖੋ। ਚਲੋ ਮੈਂ ਮੈਂ ਜਵਾਬ ਲੈਣਾ ਤੁਹਾਡਾ, ਇੰਪੋਰਟੈਂਟ ਪੁਆਇੰਟ ਆਇਆ, ਪਰ ਮੈਂ ਵਾਰ ਵਾਰ ਇਸ ਕਰਕੇ ਪ੍ਰੈਕਟੀਕਲ 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 ਗੱਲ ਕਹਿ ਸ਼ਬਦ ਦਾ ਇਸਤੇਮਾਲ ਕਰ ਰਹੇ ਹਾਂ ਕਿ ਆਪਾਂ ਜੋ ਮਰਜ਼ੀ ਇੱਥੇ ਗੱਲ ਕਰਦੇ ਰਹੀਏ, ਪਰ ਗਰਾਊਂਡ ਦੇ ਉੱਤੇ ਸਥਿਤੀ ਕੀ ਹੁੰਦੀ ਹੈ? ਕੋਈ ਵਿਰਲੇ ਪਿੰਡ ਹੁੰਦੇ ਨੇ ਜਿੱਥੇ ਜਾ ਕੇ ਕੋਈ ਆਮ ਇੱਕ ਕੋਈ ਗਰੀਬ ਤਬਕੇ ਦੇ ਜਾਂ ਕਿਸੇ ਸ਼ਖਸ ਨੂੰ ਬਣਾ ਦਿੱਤਾ ਗਿਆ, ਜਿਹਦੀ ਬਹੁਤ ਪਿੰਡ ਦੇ ਵਿੱਚ ਪਹੁੰਚ ਹੋਵੇ ਜਾਂ ਵੱਖਰੇ ਤਰੀਕੇ ਨਾਲ ਪਿੰਡ ਦੇਖਦਾ ਹੋਵੇ, ਆਮ ਤੌਰ 'ਤੇ ਰਸੂਖਦਾਰ ਉਹਨਾਂ ਲੋਕਾਂ ਦੇ ਕੋਲ ਹੀ ਸਰਪੰਚੀਆਂ ਜਾਂ ਅਹੁਦੇ ਰਹਿੰਦੇ ਨੇ, ਇਸ ਦੇ ਵਿੱਚ ਕੋਈ ਦੋ ਰਾਏ ਨਹੀਂ। ਹਾਂ, ਮੈਂ ਫਿਰ ਕਹਿ ਰਿਹਾ ਕਿ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਜੋਸ਼ੀ ਸਾਹਿਬ ਜਵਾਬ ਦਿਓ, ਤੁਸੀਂ ਇਕੱਲੇ ਹੋ, ਬਾਕੀ ਤਿੰਨ ਪਾਸੇ ਜਿਹੜੇ ਸਾਡੇ ਮਹਿਮਾਨ ਨੇ ਉਹ ਬਹੁਤ ਕਲੀਅਰ ਕਹਿ ਰਹੇ ਨੇ ਕਿ ਨਹੀਂ ਨਹੀਂ ਇਹ ਲੋਕਤੰਤਰ ਦਾ ਮਰਡਰ ਹੈ। ਮੁਖਾਲਫਤ ਸੇ ਮੇਰੀ ਸ਼ਖਸੀਅਤ ਔਰ ਸਮਰਤੀ ਹੈ, ਇੱਕ ਸ਼ੇਅਰ ਮੈਂ ਸ਼ੁਰੂਆਤ ਕਰੂੰਗਾ ਵਿੱਚ ਬੋਲਿਓ ਨਾ ਹੁਣ ਕੋਈ ਵੀ, ਕਿ ਮੁਖਾਲਫਤ ਸੇ ਮੇਰੀ ਸ਼ਖਸੀਅਤ ਔਰ ਸਮਰਤੀ ਹੈ, ਦੁਸ਼ਮਨੋ ਕਾ ਬਹੁਤ ਇਹਤਰਾਮ ਕਰਤਾ ਹੂੰ। ਇਹ ਕਹਿੰਦੇ 2-2 ਕਰੋੜ ਦੀ ਬੋਲੀ ਲੱਗੀ, ਬੋਲੀ ਪਤਾ ਕਿੱਦਾਂ ਲੱਗਦੀ? 2 ਕਰੋੜ 1, 2 ਕਰੋੜ 2, 2 ਕਰੋੜ 3, ਇੱਦਾਂ ਬੋਲੀਆਂ ਨਹੀਂ ਲੱਗੀਆਂ। ਮਨ ਦੀ ਭਾਵਨਾ, ਮਨ ਦੀ ਇੱਛਾ, ਤਿਆਗ ਦੀ ਭਾਵਨਾ ਕਿ ਪਿੰਡ ਦੀ ਡਿਵੈਲਪਮੈਂਟ ਵਾਸਤੇ 2 ਕਰੋੜ ਰੁਪਈਆ ਖਰਚਾਂਗਾ, ਕਿੱਥੋਂ ਆਏ ਕਿੱਥੋਂ ਨਹੀਂ ਆਏ ਇਹ ਬਾਅਦ ਦੀਆਂ ਗੱਲਾਂ ਨੇ। ਇਹ ਪੰਚਾਇਤ ਸੈਕਟਰੀ ਵਿੱਚ ਨਾ ਬੋਲਿਓ ਸਰ, ਵਿੱਚ ਨਾ ਬੋਲਿਓ, ਮੈਂ ਕਿਸੇ ਦੀ ਗੱਲ ਨਹੀਂ ਬੋਲਦਾ ਪਿਆ। ਸਰਪੰਚ ਬੀਜੇਪੀ ਦਾ ਕਿਉਂ ਬਣ ਗਿਆ? ਗੱਲ ਹੋਰ ਕੁਛ ਨਹੀਂ ਹੈ। ਮੈਂ ਫਿਰ ਤੇ ਇੰਨੀ ਗੱਲ, ਫਿਰ ਮੇਰੀ ਗੱਲ ਸੁਣੋ, ਲੋਕੀ ਸਕੂਲਾਂ ਵਾਸਤੇ ਦਾਨ ਦਿੰਦੇ ਨੇ, ਜਿਹੜੇ ਬਾਹਰੋਂ ਆਉਂਦੇ ਨੇ ਲੋਕ ਉਹ ਆਪਣੇ ਪਿੰਡ ਵਿੱਚ, ਰਾਜ ਲੂੰਬਾ ਨੇ ਇੰਗਲੈਂਡ ਤੋਂ ਮੇਰੇ ਪਰਮ ਮਿੱਤਰ ਨੇ, ਉਹ ਆਉਂਦੇ ਨੇ ਉਹ ਪਿੰਡ ਦੇ ਵਿੱਚ ਸਰਕਾਰੀ ਆਪਣੇ ਸਿਲਾਈ ਸਕੂਲ ਚਲਾਉਂਦੇ ਨੇ। ਕਿੰਨੀਆਂ ਇੱਥੇ ਲੋਕ ਦਾਨ ਤੁਸੀਂ ਕੰਪੇਅਰ ਕਰੋਗੇ? ਇਹ ਤਾਂ ਗੁਰੂ ਕਰਾਂਗੇ ਦਾਨ ਦਿੰਦੇ ਨੇ ਲੋਕ, ਲੰਗਰਾਂ ਦੇ ਦਾਨ ਦਿੰਦੇ ਆ। ਮੇਰੀ ਗੱਲ ਸੁਣੋ, ਇੱਕ ਬੰਦਾ ਕਹਿਣ ਡਿਆ, ਇੱਕ ਬੰਦਾ ਕਹਿਣ ਡਿਆ ਮੇਰੀ ਇੱਛਾ ਪੈਸੇ ਲਾਉਣ ਦੀ ਪਿੰਡ ਤੇ, ਮੈਨੂੰ ਰੱਖ ਸਕਦਾ ਕੋਈ? ਇੱਕ ਬੰਦਾ ਕਹਿੰਦਾ ਵਾ ਜੀ ਮੈਨੂੰ ਸਰਪੰਚ ਬਣਾ ਦੋ, ਮੈਂ 2 ਕਰੋੜ ਰੁਪਈਆ ਆਪਣੇ ਕੋਲੋਂ ਲਾਂਦਾ। ਪਿੰਡ ਦਾ ਕਿਹੜਾ ਬੰਦਾ ਹੋਊਗਾ ਜਿਹੜਾ ਇੰਨੀ ਗੱਲ ਕਹੂਗਾ ਕਿ ਭਾਈ ਜੇ ਤੂੰ 2 ਕਰੋੜ ਪਿੰਡ ਦੀ ਡਿਵੈਲਪਮੈਂਟ ਤੇ ਲਾਉਣ ਡਿਆ ਵਾ, ਕੀ ਗੱਲ ਗੁਨਾਹ ਕਰ ਲਿਆ ਉਹਨੇ? ਨਹੀਂ ਫਿਰ ਇੱਕ ਗੱਲ ਦੱਸੋ, ਕੋਈ ਕੱਲ ਨੂੰ ਕਹੇਗਾ ਮੈਂ ਹਲਕੇ 'ਚ 100 ਕਰੋੜ ਰੁਪਏ ਖਰਚਾਂਗਾ, MLA ਬਣਾ ਦੇਣਗੇ? ਲੈਟ ਦਾ ਪੀਪਲ ਡਿਸਾਈਡ। ਜੇ ਪਿੰਡ ਦੇ ਲੋਕਾਂ ਨੇ 2 ਕਰੋੜ ਨੂੰ ਮਾਨਤਾ ਦਿੱਤੀ ਆ ਤੇ ਉਹ ਪਿੰਡ ਦੇ ਲੋਕਾਂ ਨੂੰ ਪੁੱਛੋ ਨਾ ਜਾ ਕੇ ਤੁਹਾਨੂੰ ਲੋਕਾਂ ਨੂੰ ਕੀ ਪ੍ਰੋਬਲਮ ਆ ਗਈ ਆ। ਇੱਕ ਬੰਦਾ ਕਹਿੰਦਾ ਮੈਂ ਆਪਣੀ ਪਿੰਡ ਬਣਾਉਣੀ ਆ, ਠੀਕ ਹੈ ਨਾ, ਮੈਂ ਗਲੀ ਦੇ ਉੱਤੇ ਸਾਰਾ ਲਾਊਂਗਾ, ਸਮਾਨ ਲਾਊਂਗਾ ਆਪਣਾ ਸਾਰਾ, ਪਿੰਡ ਵਾਲੇ ਕਹਿੰਦੇ ਮੋਸਟ ਵੈਲਕਮ, ਤੇ ਪ੍ਰੋਬਲਮ ਕੀ ਆ? ਜੇ ਮੈਂ ਇੱਥੇ ਸਵਾਲ ਕਰਨਾ ਚਾਹੁੰਦਾ, ਮੈਂ ਚਲੋ ਕਿਸੇ ਹੋਰ ਬਣੇ ਵਾਲੇ ਡਿਬੇਟ ਸੋਚਿਆ ਸੀ, ਮੈਂ ਵੈਸੇ ਹੀ ਧਿਆਨ ਨਾਲ ਹੁਣ ਮੈਂ ਗੱਲ ਕਰਦਾ, ਡਿਬੇਟ ਦਾ ਮੌਜੂ ਬੜਾ ਸ਼ਾਨਦਾਰ ਹੈ, ਤਾਂ ਮੈਂ ਬਹੁਤ ਧੰਨਵਾਦ ਕਰਦਾ ਨਿਊਜ਼ 18 ਦਾ। ਅੱਜ ਇਹਨਾਂ ਲੋਕਾਂ ਨੂੰ ਇਹ ਪਤਾ ਲੱਗ ਗਿਆ ਬਈ ਬੇਸਿਕਲੀ ਜੇ ਕੋਈ ਚੰਗਾ ਕੰਮ ਕਰਨ ਲੱਗਾ ਵਾ, ਜੇ ਕੋਈ ਚੰਗਾ ਕੰਮ ਕਰਨਾ ਚਾਹੁੰਦਾ ਵਾ, ਹਾਂ ਤੂੰ ਚੰਗਾ ਕੰਮ ਕਿਉਂ ਕਰਦਾ ਪਿਆ? ਉਹਦੇ ਪੈਸੇ ਕਿੱਥੋਂ ਆਏ? ਜਿੱਥੋਂ ਆਏ ਇਹ ਤੇ ਇਨਕਮ ਟੈਕਸ ਡਿਪਾਰਟਮੈਂਟ ਕਿੱਥੇ ਜਾਊਗਾ? ਤੁਹਾਡਾ ਮੇਰੀ ਗੱਲ ਸੁਣੋ ਸਰ, ਗੱਲ ਸੁਣੋ, ਤੁਹਾਡੀ ਗੱਲ ਠੀਕ ਹੈ, ਇੱਕ ਪੁਆਇੰਟ ਤੇ ਪਿੰਡ ਦੇ ਉਸ ਸਿਸਟਮ ਨੂੰ ਚਲਾਉਣ ਵਾਸਤੇ ਨਹੀਂ, ਲੋਕਤੰਤਰ ਕਿੱਥੇ ਗਿਆ? ਤੇ ਲੋਕਤੰਤਰ ਕਿੱਥੇ ਗਿਆ ਪੁੱਛੋ ਨਾ ਪੰਜਾਬ ਸਰਕਾਰ ਨੂੰ, ਜਿਹਨਾਂ ਦੇ ਲੱਖਾਂ ਕਰੋੜਾਂ ਰੁਪਏ ਨੇ ਲੋਕਾਂ ਦੇ ਕੋਲ ਸਰ, ਜਿਨ੍ਹਾਂ ਨੇ 2-2 ਸਾਲ ਪਹਿਲਾਂ ਪੰਚਾਇਤਾਂ ਭੰਗ ਕਰਤੀਆਂ, ਪੰਚਾਇਤਾਂ ਦਾ ਇਕੱਲਾ ਇਕੱਲਾ ਫੰਡ ਵਾਪਸ ਲੈ ਗਏ, ਪੰਚਾਇਤ ਬਹਾਲ ਹੋਈ, ਫੰਡ ਨਹੀਂ ਆਇਆ, ਪੁੱਛੂ ਇਸ ਨਕੰਮੀ ਸਰਕਾਰ ਨੂੰ? ਮੈਂ ਜਵਾਬ ਲੈਣਾ, ਸੁਣੋ, ਇਹ ਕਹਿੰਦੇ ਲੋਕਤੰਤਰ ਸਾਰੀ ਕਹਾਣੀ ਤੁਸੀਂ ਇਹ ਕਹਿ ਰਹੇ ਹੋ ਉੱਥੇ ਘੁੰਮ ਕੇ ਆ ਗਈ ਕਿ
ਸਰਕਾਰ ਵੱਲੋਂ ਪੈਸੇ ਨਹੀਂ ਆਏ। ਮੇਰੀ ਗੱਲ ਸੁਣੋ ਸਰ, ਮੇਰੀ ਗੱਲ ਸੁਣੋ, ਇਹ ਨਵੀਂ ਗੱਲ ਨਹੀਂ ਹੈ। ਸੁਣੋ ਸਾਨੂੰ ਜੇ ਮੈਂ ਦੱਸਾਂ ਇੱਥੇ, ਇਹ ਜੇ ਮੈਂ ਦੱਸਾਂ, ਇਹ ਜਿਹੜੀ ਗੱਲਾਂ ਕਰਦੇ ਪਏ ਨੇ, ਪ੍ਰਧਾਨ ਮੰਤਰੀ ਦੀਆਂ ਸਕੀਮਾਂ ਪਿੰਡਾਂ ਚ ਲੰਡੀਆਂ ਨੇ, ਸੈਂਟਰ ਗਵਰਨਮੈਂਟ ਦੀਆਂ। ਨਵੀਂ ਗੱਲ ਤਾਂ ਨਹੀਂ ਹੈ ਨਾ ਸਰ, ਤੁਸੀਂ ਕਹੋ ਕੀ ਗੱਲ ਹੈ। ਨਵੀਂ ਗੱਲ ਹੋਊਗੀ ਕਿ ਕਿਸੇ ਨੇ ਪੈਸੇ ਦੇ ਕੇ ਸਰਪੰਚੀ ਲੈ ਲਈ। ਇੱਕ ਬੰਦਾ ਕਹਿੰਦਾ ਮੈਂ 2 ਕਰੋੜ ਰੁਪਈਆ ਆਪਣੇ ਪਿੰਡ ਦੀ ਡਿਵੈਲਪਮੈਂਟ ਤੇ ਲਾਉਣਾ, ਤੁਸੀਂ ਉੱਤੇ ਪਰਚਾ ਕੱਟੋਗੇ? ਉਹ ਸ਼ਰਮ ਕਰੋ ਥੋੜੀ ਬੋਲਦੀ ਇਦਾਂ ਦੀ। ਬੀਜੇਪੀ ਉਹਦੇ ਨਾਲ ਖੜੇਗੀ? ਸ਼ਰਮ ਕਰੋ ਨਹੀਂ, ਬੀਜੇਪੀ ਉਹਦੇ ਨਾਲ ਖੜੇਗੀ। ਬੀਜੇਪੀ ਖੜੇਗੀ, ਬੀਜੇਪੀ ਹਰ ਦਾਨ ਪੁੰਨ ਕਰਨ ਵਾਲੇ ਬੰਦੇ ਦੇ ਨਾਲ ਖੜੂਗੀ। ਇਹ ਦਾਨ ਪੁੰਨ ਹੈ? ਬਿਲਕੁਲ ਦਾਨ ਪੁੰਨ ਹੈ। ਜਦ ਦੇ ਸਰਕਾਰਾਂ ਨੇ ਚਿੰਦਰ ਸਾਹਿਬ ਜਵਾਬ ਦੇ, ਵਾਪਸ ਲੈ ਲੈ। ਓਏ ਸ਼ਰਮ ਕਰੋ ਥੋੜੀ ਬੋਲਦੀ ਚਿੰਦਰ ਸਾਹਿਬ। ਠੀਕ ਹੈ ਜੀ, ਥੋੜੇ ਵੇਟ ਕਰ, ਆਪਾਂ ਜਵਾਬ ਦੇ ਚਿੰਦਰ ਸਾਹਿਬ। ਖੜਿਆਲ ਸਾਹਿਬ ਆ ਰਹੇ, ਤੁਸੀਂ ਆ ਰਹੇ ਤਾਂ ਨਹੀਂ ਹੈਗਾ ਤੁਹਾਡਾ? ਠੀਕ ਹੈ, ਇੱਕ ਬੰਦਾ ਕਹਿੰਦਾ ਮੈਂ ਪਰ ਠੀਕ ਹੈ, ਮੈਂ ਤਾਂ ਪਹਿਲਾਂ ਕਿਹਾ ਨਾ ਕਿ ਪ੍ਰੈਕਟੀਕਲ ਗੱਲ ਹੋਣੀ ਚਾਹੀਦੀ, ਪ੍ਰੈਕਟੀਕਲ ਗੱਲ ਹੋਣੀ ਚਾਹੀਦੀ ਚਿੰਦਰ ਸਾਹਿਬ। ਲਾਂਤਾ ਉਹਦੀ ਸੋਚ ਉੱਤੇ। ਠੀਕ ਹੈ ਚਿੰਦਰ ਸਾਹਿਬ, ਲਾਂਤਾ ਹੀ ਤਾਂ ਬੰਦੇ ਚਿੰਦਰ ਸਾਹਿਬ। ਚਿੰਦਰ ਸਾਹਿਬ ਗੱਲ ਸੁਣੋ, ਗੱਲ ਸੁਣੋ, ਇਹਨਾਂ ਪਾਰਾਂ ਦਾ ਬਤਾਓ, ਗੱਲ ਸੁਣੋ, ਪਾਰਾਂ ਦਾ ਬਤਾਓ ਵਾਲੀ ਕਿਹੜੀ ਗੱਲ ਆ? ਗੱਲ ਜਵਾਬ ਆਣ ਦੋ ਨਾ, ਜਵਾਬ ਆਣ ਦੋ ਜਸ਼ੀਨ, ਥੋੜੇ ਵੇਟ ਕਰੋ, ਜਵਾਬ ਆਣ ਦੋ ਚਿੰਦਰ ਸਾਹਿਬ। ਚਿੰਦਰ ਸਾਹਿਬ, ਚਿੰਦਰ ਜੀ, ਚਿੰਦਰ ਜੀ, ਗੱਲ ਕੰਪਲੀਟ ਹੋਣ ਦੋ ਚਿੰਦਰ। ਚਲੋ ਜੋਸ਼ੀ ਸਾਹਿਬ ਨੇ ਬਥੇਰਾ ਉੱਚੀ ਉੱਚੀ ਬੋਲਿਆ, ਬਹਾ ਬੂਹਾ ਬਥੇਰੀਆਂ ਬੁਲਾ ਲਈਆਂ। ਗੱਲ ਕਰੋ ਦਮਦਾਰ, ਜੇ ਤੁਹਾਡੇ ਕੋਲ ਪੈਸੇ ਲਾਉਣ ਦੀ ਜ਼ਰੂਰਤ ਹੈਗੀ ਹੈ ਨਾ ਸਮਾਂ ਖਰਾਬ ਹੋ ਰਿਹਾ ਸਰ। ਆ ਜੋਸ਼ੀ ਸਾਹਿਬ ਜਿਹੜੀਆਂ ਗੱਲਾਂ ਕਰਦੇ ਨੇ, ਇਹ ਕਹਿੰਦੇ ਨੇ ਕਿ ਆਹ ਬਿਆਨ ਆ, ਉਹ ਬਿਆਨ ਆ, ਕੱਲ ਨੂੰ ਇੱਕ ਬਿਆਨ ਆਉਂਦਾ ਕਿਸੇ ਬੰਦੇ ਦੀ ਭਾਵਨਾ ਨੂੰ ਠੇਸ ਪਹੁੰਚਾਉਂਦੇ ਤੁਸੀਂ। ਬਿਆਨ ਦਾ ਸਾਡੀ ਕੋਈ ਨਹੀਂ, ਪ੍ਰੋਬਲਮ ਆ ਬੰਦਾ ਬੀਜੇਪੀ ਦਾ ਨਹੀਂ। ਇੱਕ ਵਾਰੀ ਗੱਲ ਕੰਪਲੀਟ ਹੋਣ ਦੋ, 2 ਕਰੋੜ ਮੈਂ ਜੋਸ਼ੀ ਜੀ ਚੇਂਜਰ ਦੇ ਦੋਵਾਂ ਦੋਵਾਂ ਨੂੰ ਰਿਕਵੈਸਟ ਕਰ ਰਹੇ ਹਾਂ, ਸਮਾਂ ਖਰਾਬ ਨਾ ਹੋਵੇ। ਔਰ ਦੂਜਾ ਪੁਆਇੰਟ ਇਹ ਹੈ ਕਿ ਆਪਾਂ ਪੁਆਇੰਟ ਦੇ ਉੱਤੇ ਰਹੀਏ। ਨਹੀਂ ਨਹੀਂ, ਠੀਕ ਹੈ ਜੀ, ਜੋਸ਼ੀ ਕੰਪਲੀਟ ਕਰ ਲੈਣ ਦੋ ਇੱਕ ਵਾਰੀ। ਮੈਂ ਰਿਕਵੈਸਟ ਕਰ ਰਿਹਾ ਚੇਂਜਰ ਜੀ, ਪੁਰਾਣੀਆਂ ਗੱਲਾਂ ਜਾਂ ਹੋਰ ਟੌਪਿਕ ਦੇ ਉੱਤੇ ਆਪਾਂ ਬਹੁਤ ਸਾਰੀਆਂ ਡਿਬੇਟਸ ਕਰਦੇ ਨੇ, ਵੈਲਕਮ ਹੈ ਉਸ ਦੇ ਉੱਤੇ ਆਇਓ, ਡਿਬੇਟ ਕਰਿਓ। ਮੈਂ ਅੱਜ ਸਰਪੰਚੀ ਵਾਲੀ ਦੇ ਹਾਂ, ਸਰਪੰਚੀ ਵਾਲੇ ਇਸ਼ੂ ਦੇ ਉੱਤੇ ਹਾਂ, ਪਲੀਜ਼ ਉਸ ਦੇ ਉੱਤੇ ਰਹੀਏ ਚੇਂਜਰ ਜੀ। ਗੱਲ ਸੁਣੋ, ਇਹ ਜੋਸ਼ੀ ਸਾਹਿਬ ਨੂੰ ਸੁਣਨ ਦੀ ਅੱਖ ਕਿਉਂ ਨਹੀਂ ਹੈਗੀ? ਇਹ ਬੋਲੇ ਨਹੀਂ ਹੁੰਦਾ, ਚੱਲ ਮੈਂ ਬੋਲ ਕੇ ਸੁਣੂਗਾ। ਡਿਬੇਟ ਖਰਾਬ ਨਹੀਂ ਹੋਣੀ ਚਾਹੀਦੀ, ਜਿਹੜੇ ਲੋਕ ਸਾਨੂੰ ਟਾਈਮ ਦੇ ਰਹੇ ਨੇ 1 ਘੰਟਾ ਆਪਣਾ, ਉਹਨਾਂ ਦਾ ਸਮਾਂ ਨਹੀਂ ਖਰਾਬ ਕਰ ਸਕਦਾ ਮੈਂ, ਇਸ ਕਰਕੇ ਆਪਣੀ ਆਪਣੀ ਗੱਲ ਰੱਖਦੇ ਰਹੋ। ਚਿੰਦਰ ਜੀ ਕੰਪਲੀਟ ਕਰਿਓ। ਅਸਲ ਚ ਗੌਰਵ ਜੀ, ਜੋਸ਼ੀ ਸਾਹਿਬ ਦਿਖਾ ਰਹੇ ਨੇ ਕਿ ਬੀਜੇਪੀ ਪੰਜਾਬ ਚ ਕੀ ਕੁਝ ਕਰਨਾ ਚਾਹੁੰਦੀ ਆ, ਇਹ ਦਿਖਾ ਰਹੇ ਨੇ, ਇਹ ਨਮੂਨਾ ਪੇਸ਼ ਹੋ ਰਿਹਾ। ਜਿਵੇਂ ਉਹ ਕਹਿੰਦੇ ਨੀ ਫਿਲਮ ਤੋਂ ਪਹਿਲਾਂ ਪ੍ਰੋਮੋ ਆਉਂਦਾ, ਪ੍ਰੋਮੋ ਨੀ ਆਉਂਦਾ, ਇਹ ਪ੍ਰੋਮੋ ਹੈ। ਜੋਸ਼ੀ ਸਾਹਿਬ ਜਿਹੜੇ ਹਿਸਾਬ ਨਾਲ ਬੋਲੀਆਂ ਦੀ ਪਿੱਠ, ਇਹ ਤਾਂ ਕੀ ਕਹਿਣਾ ਕਿ ਲੋਕਤੰਤਰ ਦੀ ਹੱਤਿਆ, ਕਹਿੰਦੇ ਚੰਗਾ ਹੋਇਆ ਜੀ 2 ਕਰੋੜ ਰੁਪਈਆ। ਕੱਲ ਨੂੰ ਇਹ ਪੰਜਾਬ ਦੇ ਵਿੱਚ MLA ਕਹਿਣਗੇ ਕਿ ਚੱਕੋ 50 ਕਰੋੜ ਰੁਪਏ ਜੀ, ਜੇ MLA ਨੂੰ ਤਰਾਜ ਨਹੀਂ ਜੀ 50 ਕਰੋੜ ਰੁਪਏ ਦੇ ਵਿੱਚ ਵਿਕਣ ਦੇ ਵਿੱਚ, ਤਾਂ ਲੋਕ ਕਿਉਂ ਰੌਲਾ ਪਾਉਂਦੇ ਨੇ, ਵਿਰੋਧੀ ਧਿਰ ਕਿਉਂ ਰੌਲਾ ਪਾਉਂਦੀ ਆ? ਫਿਰ ਤਾਂ ਤੁਸੀਂ ਕੱਲ ਨੂੰ ਆਮ ਆਦਮੀ ਪਾਰਟੀ ਦੇ 50 MLA 50-50 ਕਰੋੜ ਚ ਖਰੀਦ ਕੇ ਸਰਕਾਰ ਬਣਾ ਲਓਗੇ ਪੰਜਾਬ ਦੇ ਵਿੱਚ।
ਇਹ ਫਿਰ ਲੋਕਤੰਤਰ ਦੀ ਇੱਥੇ ਨੇ, ਫਿਰ ਤੁਸੀਂ ਕਹੋਗੇ ਜਿਹਦੇ ਚ ਜ਼ਰੂਰਤ ਹੈ ਪੈਸੇ ਲਾਉਣ ਦੀ, ਇਹ ਇਹ ਮਤਲਬ ਕਿਹੜੇ ਰਾਹ ਤੋਰ ਰਹੇ ਹੋ ਤੁਸੀਂ? ਦੇਖੋ ਆਪਾਂ ਇੱਥੇ ਕਿੰਤੂ ਪਰੰਤੂ ਕਰ ਰਹੇ ਹਾਂ, ਪਰ ਪਿੰਡ ਦੇ ਲੋਕਾਂ ਨੂੰ ਇਤਰਾਜ਼ ਨਹੀਂ ਨਾ, ਜਿਸ ਪਿੰਡ ਦੇ ਵਿੱਚ ਉਹ ਪੈਸੇ ਜਾਂ ਬੋਲੀ ਲੱਗੀ ਹੈ ਜਾਂ ਜੇ ਪਿੰਡ ਦੇ ਲੋਕਾਂ ਨੇ ਸਰਬਸੰਮਤੀ ਦੇ ਨਾਲ ਚੁਣਨ ਦੀ ਕੋਸ਼ਿਸ਼ ਕੀਤੀ ਹੈ। ਮੇਰਾ ਅਗਲਾ ਪੁਆਇੰਟ ਮੈਂ ਕੰਪਲੀਟ ਕਰ ਲਵਾਂ, ਬੋਲੀ ਦਾ ਮਤਲਬ ਇਹ ਵੀ ਨਹੀਂ ਹੈ, 4 ਤਰੀਕ ਤੱਕ ਨੋਮੀਨੇਸ਼ਨ ਹੈ, ਜੇ ਪਿੰਡ ਦੇ ਵਿੱਚ ਕਿਸੇ ਨੂੰ ਇਤਰਾਜ਼ ਆ ਉਹ ਜਾ ਕੇ ਆਪਣਾ ਪਰਚਾ ਦਾਖਲ ਕਰ ਸਕਦਾ ਹੈ, ਕੋਈ ਪ੍ਰੋਬਲਮ ਨਹੀਂ। ਕੋਈ ਇੱਕ ਆਮ ਘਰ ਦਾ ਸ਼ਖਸ ਹੋਵੇ, ਕੋਈ ਖਾਸ ਹੋਵੇ, ਕੋਈ ਕਰੋੜਪਤੀ ਹੈ ਜਾਂ ਕੋਈ ਦਿਹਾੜੀ ਕਰਨ ਵਾਲਾ ਹੈ, ਕੋਈ ਕਿਸਾਨ ਹੈ, ਖੇਤ ਮਜ਼ਦੂਰ ਹੈ, ਉਹ ਜਾ ਕੇ ਨੋਮੀਨੇਸ਼ਨ ਫਾਈਲ ਕਰ ਸਕਦਾ, ਕੋਈ ਪ੍ਰੋਬਲਮ ਨਹੀਂ। ਇਹ ਸਰਬਸੰਮਤੀ ਕਿਸੇ ਕਾਗਜ਼ 'ਚ ਥੋੜ੍ਹੀ ਲਿਖੀ ਗਈ ਹੈ, ਤਾਂ ਪਿੰਡ ਵਾਲਿਆਂ ਨੇ ਸਰਬਸੰਮਤੀ ਕਰ ਲਈ। ਤੁਸੀਂ ਇੱਕ ਗੱਲ ਦੱਸੋ ਗੌਰਵ ਜੀ, ਜਿਹੜੇ ਬੰਦੇ ਨੂੰ 2 ਕਰੋੜ ਲਾਉਣ ਦੀ ਜਿਵੇਂ ਜ਼ਰੂਰਤ ਦੀ ਗੱਲ ਕਰਦੇ ਨੇ, ਜਿਹੜੇ ਬੰਦੇ ਨੇ 2 ਕਰੋੜ ਦੀ ਬੋਲੀ ਲਾਤੀ, ਇਹ ਦੱਸੋ ਵੀ ਪਿੰਡ ਦਾ ਉਹ ਕਿੱਡਾ ਲੈਂਡ ਲਾਉਣ ਬੰਦਾ ਹੋਊਗਾ ਤੇ ਗਰੀਬ ਬੰਦਾ ਉਹਦੇ ਬਰਾਬਰ ਖੜਨ ਦੀ ਜਾਂ ਲੜਨ ਦੀ ਜ਼ਰੂਰਤ ਕਰੂ? ਹੈ ਹੁੰਦੀ ਹੈ ਗਰੀਬ ਦੇ ਵਿੱਚ। ਮੈਂ ਤੁਹਾਡੇ ਨਾਲ ਸਹਿਮਤ ਹੈ, ਮੈਂ ਇਸ ਕਰਕੇ ਹੀ ਕਹਿ ਰਿਹਾ ਨਾ ਕਿ ਜੇ ਜੋ ਸ਼ਖਸ 2 ਕਰੋੜ ਰੁਪਇਆ ਲਗਾ ਕੇ ਸਰਬਸੰਮਤੀ ਦੇ ਨਾਲ ਸਰਪੰਚੀ ਲੈ ਸਕਦਾ ਹੈ, ਤਾਂ ਫਿਰ 1 ਕਰੋੜ 2 ਕਰੋੜ ਸਰਪੰਚੀ ਦੀ ਇਲੈਕਸ਼ਨ ਤੇ ਵੀ ਤਾਂ ਖਰਚ ਸਕਦਾ ਹੈ। ਜੇ ਉਹਨੇ ਸਰਪੰਚੀ ਲੈਣੀ ਹੈ, ਫਿਰ ਵੀ ਆਮ ਬੰਦਾ ਸ਼ਖਸ ਉੱਥੇ ਕਿਤੇ ਸਟੈਂਡ ਨਹੀਂ ਕਰ ਪਾਏਗਾ। ਖਰਚ ਕਰਨਾ ਗੌਰਵ ਜੀ, ਹੋਰ ਚੀਜ਼ ਆ, ਵੋਟ ਜਦੋਂ ਪੈਂਦੀ ਆ, ਵੋਟ ਅੰਦਰ ਪੈਂਦੀ ਆ ਟਰੰਕੀ ਤੇ, ਤੇ ਬਾਹਰ ਬੰਦਾ ਜੇ ਦਬਕੇ ਨਾਲ ਦਬ ਵੀ ਜਾਊਗਾ, ਅੰਦਰ ਜਾ ਕੇ ਆਪਣੀ ਆਤਮਾ ਨਾਲ ਵੋਟ ਪਾ ਦੂ। ਸਾਹਮਣੇ ਲਲਕਾਰਾ ਮਾਰ ਕੇ ਵੋਟਾਂ ਦਾ ਮਤਲਬ ਕੀ ਆ ਕਿ ਤੁਸੀਂ ਜਿਹਦੇ ਨਾਲ ਜਿਹਨੂੰ ਮਰਜ਼ੀ ਆਪਣਾ ਨੁਮਾਇੰਦਾ ਅੰਦਰ ਜਾ ਕੇ ਪਰਦੇ ਨਾਲ ਚੁਣ ਲਓ। ਵੋਟ ਦਾ ਮਤਲਬ ਇਹ ਆ, ਵੋਟ ਦਾ ਮਤਲਬ ਇਹ ਹੈਗਾ ਕਿ ਲਲਕਾਰਾ ਮਾਰ ਕੇ ਡਾਂਗ ਫੜ ਕੇ ਵਾਲਾ ਕਹਿੰਦਾ ਕਿ ਮੈਂ ਇਹਨੂੰ ਵੋਟ ਪਾਉਣ ਚੱਲਿਆ। ਗਰੀਬ ਬੰਦੇ ਨੇ ਆਪਣੀ ਵੋਟ ਅੰਦਰ ਵੜ ਕੇ ਪਰਦੇ ਦੇ ਨਾਲ ਪਾਉਣੀ ਹੁੰਦੀ ਆ। ਇਹ ਜਦਾਂ ਲੋਕਤੰਤਰ ਬਣਿਆ, ਦੇਸ਼ ਆਜ਼ਾਦ ਹੋਇਆ, ਉਦੋਂ ਦੀ ਇਹ ਬਿਰਤ ਚੱਲ ਰਹੀ ਆ। ਠੀਕ ਹੈ, ਰਾਜੇ ਮਹਾਰਾਜੇ ਵਾਲੀ ਗੱਲ ਸੀ, ਐਲਾਨ ਨਹੀਂ ਕਰਨੀ ਸੀ, ਪਰ ਦੇਸ਼ ਆਜ਼ਾਦ ਕਾਹਦੇ ਲਈ ਕਰਾਇਆ ਸੀ? ਚੱਲ ਰਿਹਾ ਸੀ ਕੰਮ ਜਿਵੇਂ ਚੱਲ ਰਿਹਾ ਸੀ, ਤਾਨਾਸ਼ਾਹੀ ਕਿ ਜਿਹਦੇ ਕੋਲ ਪੈਸਾ ਨਜ਼ਾਰੇ ਲਓ, ਜੋ ਮਰਜ਼ੀ ਕਰੋ। ਇਹ ਬਿਲਕੁਲ ਬੀਜੇਪੀ ਗਲਤ ਬਿਰਤ ਪਾ ਰਹੀ ਆ, ਤੇ ਇਹਨਾਂ ਦੇ ਬੁਲਾਰੇ ਇਹਦਾ ਸਮਰਥਨ ਕਰਕੇ ਮੈਂ ਸਮਝਣਾ ਇਹ ਸ਼ਰਮਨਾਕ ਹੈ, ਤੇ ਇਹ ਇੱਕ ਸੀਸਾ ਦਿਖਾ ਰਹੇ ਨੇ ਪੰਜਾਬ ਨੂੰ ਕਿ ਜੇ ਅੱਜ ਇੱਕ ਉਂਗਲ ਸਰਕਾਰ ਵਾਲੇ ਪਾਸੇ ਵੀ ਉੱਠੀ ਕਿ ਜੇ ਸਰਕਾਰ ਉਹ ਸਖਤੀ ਨਾਲ ਚੀਜ਼ਾਂ ਕਰ ਰਹੀ ਹੁੰਦੀ ਤਾਂ ਸ਼ਾਇਦ ਬੋਲੀ ਵਾਲੀ ਸਥਿਤੀ ਨਾ ਬਣਦੀ। ਦੂਜਾ ਪੁਆਇੰਟ ਤੁਹਾਡੇ ਵਿਧਾਇਕ ਦੀ ਸਟੇਟਮੈਂਟ ਜਾਂ ਫਿਰ ਜਲਦਬਾਜ਼ੀ 'ਚ ਇਲੈਕਸ਼ਨ ਅਨਾਊਂਸ ਹੋਣ ਵਾਲਾ ਮੁੱਦਾ ਵੀ ਹੈਗਾ, ਪਰ ਮੈਂ ਫੋਕਸ ਕਰੂੰਗਾ ਜੇ ਤੁਸੀਂ ਬੋਲੀ ਵਾਲੇ ਮਸਲੇ ਉੱਤੇ ਰਹੋ। ਦੇਖੋ ਇੱਦਾਂ ਗੌਰਵ ਜੀ ਕਿ ਇਸ ਚੀਜ਼ ਨੂੰ ਜਸਟੀਫਾਈ ਕਰਨਾ ਇਹ ਹਰ ਤਰ੍ਹਾਂ ਦੇ ਨਾਲ ਨਿੰਦਣੀ ਹੈ। ਇਹ ਹਰ ਤਰ੍ਹਾਂ ਦੇ ਨਾਲ ਨਿੰਦਣੀ ਹੈ। ਆਪਾਂ ਕਹਿੰਦੇ ਹਾਂ ਸਰਕਾਰ ਦਾ ਕੀ ਰੋਲ ਹੈ ਅਗਰ ਉੱਥੇ ਇਹ 20-50 ਬੰਦੇ ਇਕੱਠੇ ਹੋ ਕੇ ਪਿੰਡ ਦੇ ਵਿੱਚ ਆਪਣੇ ਪੈਸੇ ਦਾ ਜਲਵਾ ਦਿਖਾਉਣ ਲੱਗ ਗਏ ਤੇ ਉੱਥੇ ਬੋਲੀਆਂ ਲਾਉਣ ਲੱਗ ਗਏ। ਇੱਕ ਕੋਈ ਜਸਵਿੰਦਰ ਸਿੰਘ ਬੇਦੀ ਕਹਿੰਦਾ ਮੈਂ 1 ਕਰੋੜ ਲਾਊਂਗਾ, ਆਤਮਾ ਸਿੰਘ ਕਹਿੰਦਾ ਮੈਂ 2 ਕਰੋੜ ਲਾਊਂਗਾ। ਇਹਦੇ ਨਾਲ ਸਰਕਾਰ ਉੱਥੇ ਤੇ ਸਰਕਾਰ ਦੇ ਰੋਲ ਨੂੰ ਨਹੀਂ ਤੁਸੀਂ ਪੰਜਾਬ ਸਰਕਾਰ ਦੇ ਨੂੰ ਕਰ ਸਕਦੇ। ਹਾਂ, ਇੱਕ ਚੀਜ਼ ਸਪਸ਼ਟ ਆਉਂਦੀ ਹੈ ਕਿ ਬੀਜੇਪੀ ਨੇ, ਜੋਸ਼ੀ ਜੀ ਨੇ ਇੱਕ ਸ਼ੇਅਰ ਬੋਲਿਆ ਤਾਂ ਮੈਂ ਇਹਨਾਂ ਨੂੰ ਦੱਸਦਾ ਕਿ ਬੀਜੇਪੀ ਕੀ ਨੀਤੀ ਯਹ ਹਰ ਸ਼ੈ ਵੇਚਤੀ ਹੈ, ਪੈਸੇ ਕੇ ਖੇਲ ਮੇਂ ਇਨਕੀ ਨੀਅਤ ਝਲਕਤੀ ਹੈ। ਇਹ ਤਾਂ ਫਿਰ ਇਹਦਾ ਮਤਲਬ ਕੱਲ ਨੂੰ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਦੀ ਚੋਣ, ਫਿਰ ਤੁਸੀਂ ਕਹੋਗੇ ਕਿ ਜਿਹੜਾ ਅਡਾਨੀ ਅੰਬਾਨੀ ਕੋਈ ਵੱਧ ਪੈਸੇ ਦੇ ਦੇਗਾ ਉਹ ਬਣੂਗਾ। ਫਿਰ ਤੁਸੀਂ ਦੇਸ਼ ਦੇ ਲੋਕਤੰਤਰ ਨੂੰ
ਧਨਾਡਾ ਦੇ ਹੱਥ ਦੇ ਵਿੱਚ ਵਿੱਚੋਂ ਦਾ ਖੇਲ ਖੇਲ ਰਹੇ ਹੋ। ਬੜੀ ਕਮੀ ਮੈਂ ਪਾਸੀ ਸਾਹਿਬ ਤੁਹਾਨੂੰ ਬੜਾ ਵਿੱਚ ਨਾ ਡਿਸਟਰਬ ਬੰਦਾ ਮੰਨਦਾ ਸੀਗਾ, ਤੁਸੀਂ ਵਿੱਚ ਡਿਸਟਰਬ ਕਰਕੇ ਬੰਦੇ ਇੰਨੀ ਗੱਲ ਕਹਿ ਦੇ ਰਹੇ ਸੀ ਜਿਹੜੇ ਵਿੱਚ ਡਿਸਟਰਬ ਕਰ ਤੇ ਜਿਹੜੀ ਗੱਲ ਕੀਤੀ ਹੋਈ ਆ ਤੁਸੀਂ ਕਹਿੰਦੇ ਹੋ ਮਾੜਾ ਬੰਦਾ ਤੁਸੀਂ ਜਿੱਦਾਂ ਦਾ ਇਹ ਵਿੱਚ ਡਿਬੇਟ ਕਰ ਰਹੇ ਹੋ ਤੁਸੀਂ ਜਿੱਦਾਂ ਦਾ ਕਰਦੇ ਨੇ ਕ੍ਰੀਏਟ ਕਰ ਰਹੇ ਹੋ ਦੀ ਨਿਰਾਸ਼ੀ ਨੇ ਲੋਕਾਂ ਨੂੰ ਮਜਬੂਰ ਕਰਤਾ ਪੱਲਿਓ ਬਹਿ ਲਾਉਣ ਵਾਸਤੇ ਉਹ ਬਰਕਾ ਵੀ ਬੈਠਾ ਨਾ ਪੂਛ ਮਾਰ ਕੇ ਬੈਠਾ ਆ ਹਰ ਚੀਜ਼ ਵਿੱਚ ਠੀਕ ਹੈ ਜੋਸ਼ੀ ਇੱਕ ਵਾਰੀ ਕੰਪਲੀਟ ਕਰ ਲੈਣਾ ਤੁਹਾਡੇ ਤੇ ਜਵਾਬ ਲੈਣੇ ਆ ਹੁਣ ਤੁਸੀਂ ਠੀਕ ਹੈ ਪਾਸੀ ਕੰਪਲੀਟ ਕਰ ਲੈਣਾ ਪਾਸੀ ਕੰਪਲੀਟ ਕਰ ਲੈਣ ਦੋ ਠੀਕ ਹੈ ਨਾ ਜੋਸ਼ੀ ਜੀ ਇੱਛਾ ਜਾਹਿਰ ਹੋਈ ਆ ਉਹਨਾਂ ਨੇ ਵੀ ਹੱਕ ਹੈ ਨਾ ਲੋਕਤੰਤਰ ਚ ਬੋਲਣ ਦਾ ਥੋੜੇ ਵੇਟ ਕਰੋ ਨਾ ਥੋੜੇ ਵੇਟ ਕਰੋ ਸਰ ਥੋੜੇ ਵੇਟ ਕਰੋ ਥੋੜੀ ਬੋਦੀ ਠੀਕ ਹੈ ਪਾਸੀ ਸਾਹਿਬ ਕੰਪਲੀਟ ਕਰਿਓ ਪਾਸੀ ਸਾਹਿਬ ਕੰਪਲੀਟ ਕਰੋ ਪੈਸੇ ਵਾਪਸ ਲੈ ਕੇ ਪੰਜਾਬ ਦੀ ਪਾਸੀ ਜੀ ਮਾਈਕ ਥੋੜਾ ਜਿਹਾ ਦੂਰ ਰੱਖਿਓ ਆਵਾਜ਼ ਕਲੀਅਰ ਨਹੀਂ ਆਏਗੀ ਠੀਕ ਹੈ ਪਾਸੀ ਸਾਹਿਬ ਮਾਈਕ ਥੋੜਾ ਜਿਹਾ ਦੂਰ ਠੀਕ ਹੈ ਇਹਨਾਂ ਦਾ ਦੇਖੋ ਸੁਲਝਾਊਪਣਾ ਇੱਥੋਂ ਹੀ ਦਿਖ ਰਿਹਾ ਕਿ ਮੈਂ ਕਦੇ ਕਿਸੇ ਨੂੰ ਡਿਸਟਰਬ ਨਹੀਂ ਕਰਦਾ ਇਹਨਾਂ ਨੂੰ ਡਿਸਟਰਬ ਪਾਸੀ ਜੋਸ਼ੀ ਦੋਵੇਂ ਹੋਲਡ ਕਰੋ ਜੋਸ਼ੀ ਹੁਣ ਤੁਸੀਂ ਇੱਥੇ ਬੈਠ ਕੇ ਥੋੜੀ ਤੈਅ ਕਰ ਦੋਗੇ ਕਿ ਠੀਕ ਹੈ ਕਿ ਨਹੀਂ ਹੈ ਤੁਹਾਡੀ ਨਜ਼ਰ ਦੇ ਨਾਲ ਠੀਕ ਹੋ ਸਕਦਾ ਬੀਜੇਪੀ ਦੀ ਨਜ਼ਰ ਨਾਲ ਠੀਕ ਹੋ ਸਕਦਾ ਹਰ ਕਿਸੇ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ ਨਾ ਇਸ ਦੇ ਵਿੱਚ ਕੀ ਦਿੱਕਤ ਹੈ ਪਾਸੀ ਸਾਹਿਬ ਕੰਪਲੀਟ ਕਰੇ 20 ਸੈਕਿੰਡ ਸਮਾਂ ਘੱਟ ਹੈ ਮੈਂ ਖਿਆਲ ਸਾਹਿਬ ਬਹੁਤ ਦੇਰ ਦੇ ਵੇਟ ਕਰ ਰਹੇ ਗੌਰਵ ਜੀ ਇੱਕ ਮਾਫੀ ਚਾਹੂੰਗਾ ਦੇਖੋ ਇੱਕ ਗੱਲ ਮੈਂ ਤੁਹਾਨੂੰ ਕਹੂੰਗਾ ਕਿ ਸਭ ਨੂੰ ਬਰਾਬਰ ਟਾਈਮ ਮਿਲ ਜਾਏ ਕਿਉਂਕਿ ਡਿਸਟਰਬੈਂਸ ਬਹੁਤ ਆ ਰਹੀ ਹੈ ਕਾਰਨ ਕੀ ਹੈ ਕਿ ਜਦੋਂ ਦੂਜਾ ਬੋਲਣ ਲੱਗਦਾ ਇਹਨਾਂ ਨੂੰ ਪ੍ਰੋਬਲਮ ਹੋ ਜਾਂਦੀ ਹੈ ਕਿਸੇ ਨੇ ਮੈਂ ਇੱਕ ਗੱਲ ਕਰਨਾ ਚਾਹ ਰਿਹਾ ਕਿ ਇਹ ਤਾਂ ਜਿਹੜੇ ਬਿਲਕਿਸ ਬਾਨੋ ਦੇ ਹੱਤਿਆਰੇ ਸੀ ਨਾ ਉਸ ਕੇਸ ਦੇ ਉਹਨਾਂ ਦਾ ਵੀ ਮਹਾਮੈਂਡਮ ਕਰਨ ਵਾਲੇ ਆ ਇਹਨਾਂ ਨੇ ਹਰ ਚੀਜ਼ ਵੇਚਣ ਦੇ ਨਾਲ ਨਾਲ ਸ਼ਰਮ ਵੀ ਵੇਚਤੀ ਧੰਨਵਾਦ ਤੁਸੀਂ ਆਪਣੀ ਗੱਲ ਰੱਖ ਰਹੇ ਹੋ ਲੋਕਾਂ ਨੂੰ ਤੁਸੀਂ ਸਟੂਡੀਓ ਦੇ ਵਿੱਚ ਇਸ ਦਾ ਮਤਲਬ ਇਹ ਨਹੀਂ ਹੈ ਕਿ ਬਾਹਰ ਵਾਲੇ ਗੱਲ ਨਹੀਂ ਰੱਖ ਪਾਣਗੇ ਤੁਸੀਂ ਆਪਣੀ ਗੱਲ ਰੱਖ ਰਹੇ ਹੋ ਕਿਉਂਕਿ ਦਿੱਕਤ ਹੀ ਨਹੀਂ ਹੈ
ਤੁਹਾਨੂੰ ਲੱਗ ਰਿਹਾ ਕਿ 2 ਕਰੋੜ ਵਾਲਾ ਫਾਰਮੂਲਾ ਠੀਕ ਹੈ ਤਾਂ ਤੁਸੀਂ ਆਪਣੀ ਗੱਲ ਰੱਖ ਦਿੱਤੀ। ਠੀਕ ਗੱਲ ਨਹੀਂ ਹੈ ਸਰ। ਨਹੀਂ ਭਾਈ ਠੀਕ ਹੈ ਨਾ ਸਰ, ਬਾਕੀਆਂ ਨੂੰ ਗੱਲ ਕੰਪਲੀਟ ਕਰਨ ਦੋ ਨਾ। ਨਹੀਂ ਐਵੇਂ ਨਹੀਂ ਹੋ ਸਕਦਾ ਨਾ, ਤੁਸੀਂ ਉਹਨਾਂ ਨੂੰ ਆਪਣੀ ਗੱਲ ਕੰਪਲੀਟ ਕਰ ਲੈਣ ਦੋ। ਜੇ ਉਹ ਗੱਲ ਨਹੀਂ ਕੰਪਲੀਟ ਕਰ ਪਾਣਗੇ ਪਤਾ ਨਹੀਂ ਲੱਗੇਗਾ ਕਿ ਕਿਸੇ ਦਾ ਸਟੈਂਡ ਕੀ ਹੈ। ਉਹਨਾਂ ਦਾ ਤਰਕ ਆਪਣਾ ਹੈ, ਤੁਹਾਡਾ ਤਰਕ ਆਪਣਾ ਹੈ, ਲੋਕਤੰਤਰ ਹੈ, ਮੇਰਾ ਤਰਕ ਆਪਣਾ ਹੈ। ਪਾਸੀ ਸਾਹਿਬ ਜੀ ਬਿਲਕੁਲ, ਮੈਂ ਇਹ ਗੱਲ ਕਹਿ ਰਿਹਾ ਸੀਗਾ ਕਿ ਜਿਹੜੀ ਇਹਨਾਂ ਨੇ MLA ਦੀ ਗੱਲ ਕੀਤੀ ਆ, ਉਹਨਾਂ ਨੇ ਉਸ ਤੋਂ ਬਾਅਦ ਸਾਰਾ ਸਪਸ਼ਟੀਕਰਨ ਦੇ ਦਿੱਤਾ। ਦੂਸਰੀ ਗੱਲ, ਅੱਜ ਪ੍ਰਤਾਪ ਬਾਜਵਾ ਜੀ ਜਿਹੜੀ ਗੱਲ ਕਹਿ ਰਹੇ ਸੀ, ਕਹਿੰਦੇ ਜੀ 5,000 ਵਾਲੇ ਪਟਵਾਰੀਆਂ ਨੂੰ ਫੜ ਰਹੇ ਆ। ਭਾਈ ਰਿਸ਼ਵਤ ਕੰਟਰੋਲ ਕਰਨਾ ਜ਼ਰੂਰੀ ਆ, ਔਰ ਇਹਦੇ ਉੱਤੇ ਵੀ ਐਕਸ਼ਨ ਹੋਏਗਾ, ਮੈਨੂੰ ਪਤਾ, ਕਿਉਂਕਿ ਇਹ ਕੋਡ ਆਫ ਕੰਡਕਟ ਲੱਗਿਆ, ਚੋਣ ਕਮਿਸ਼ਨ ਨੇ ਕਰਨਾ। ਹਾਂ, ਪ੍ਰਤਾਪ ਬਾਜਵਾ ਦਾ ਜ਼ਰੂਰ 12 ਪੌੜੀਆਂ ਦਾ ਫਰਕ ਹੈ BJP ਔਰ ਕਾਂਗਰਸ ਦਾ। ਔਰ ਅੱਜ ਤੱਕ ਮੈਂ ਕਾਂਗਰਸ ਦੇ ਲੀਡਰਸ਼ਿਪ ਨੂੰ, ਅੱਜ ਵੀ ਮੈਂ ਹੈਰਾਨ ਹੋ ਰਿਹਾ ਸੀ ਕਿ BJP ਨੂੰ ਪ੍ਰੋਟੈਕਟ ਕਰਨ ਦੇ ਲਈ ਆਮ ਆਦਮੀ ਪਾਰਟੀ ਇਹ ਕਰ ਰਹੀ ਹੈ ਜੀ। ਆਮ ਆਦਮੀ ਪਾਰਟੀ ਨੇ ਤਾਂ ਕਲੀਅਰ ਕਿਹਾ ਸਰਬਸੰਮਤੀਆਂ ਕਰੋ, ਲੇਕਿਨ ਇਹ ਜਿਹੜਾ ਪੈਸੇ ਦਾ ਖੇਲ ਹੈ, ਇਹਦੇ ਨਾਲ ਜਿਹੜਾ ਇੱਕ ਟੈਲੈਂਟਡ ਜਿਹੜਾ ਬੰਦਾ ਸਮਾਜ ਸੇਵਾ ਕਰਨਾ ਚਾਹੁੰਦਾ, ਅਗਰ ਉਹਦੇ ਕੋਲ ਪੈਸਾ ਨਹੀਂ ਤਾਂ ਕੀ ਉਹ ਇਲੈਕਸ਼ਨ ਨਹੀਂ ਲੜ ਸਕਦਾ? ਕਿਆ ਸਿਰਫ ਪੈਸੇ ਦੇ ਨਾਲ ਹੀ ਇਲੈਕਸ਼ਨ ਲੜਿਆ ਜਾਏਗਾ? ਆਮ ਆਦਮੀ ਪਾਰਟੀ ਨੇ ਇਸੇ ਲਈ ਕਿਹਾ ਕਿ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਸਰਬਸੰਮਤੀਆਂ ਕਰੋ। ਜੋ ਪਿੰਡ ਦਾ ਵਿਕਾਸ ਕਰਨਾ ਚਾਹੁੰਦਾ, ਜੋ ਪਿੰਡ ਦੇ ਫੰਡਾਂ ਦੀ ਦੁਰਵਰਤੋਂ ਨਹੀਂ ਕਰੇਗਾ। ਅੱਜ ਕੁਛ ਇਹੋ ਜਿਹੇ ਵੀ ਉਮੀਦਵਾਰ ਆਏ ਜਿਨ੍ਹਾਂ ਨੇ ਗੁਰੂ ਘਰਾਂ 'ਚ ਜਾ ਕੇ ਨੇਮ ਚੱਕੇ ਆ ਕਿ ਅਸੀਂ ਕੋਈ ਵੀ ਜਿਹੜਾ ਹੈ ਜੀ ਕਰਪਸ਼ਨ ਨਹੀਂ ਹੋਣ ਦੇਵਾਂਗੇ, ਫੰਡ ਪੂਰੇ ਲੱਗਣਗੇ। ਠੀਕ ਹੈ, ਚਲੋ ਤੁਹਾਡੀ ਗੱਲ ਆ ਗਈ, ਥੋੜੇ ਵੇਟ ਕਰਿਓ, ਸਮਾਂ ਆਪਣਾ ਬਹੁਤ ਨਿਕਲ ਗਿਆ। ਪਾਸੀ ਸਾਹਿਬ ਆ ਗਈ ਤੁਹਾਡੀ ਗੱਲ, ਖੜਿਆਲ ਸਾਹਿਬ। ਗੌਰਵ ਜੀ, ਅੱਜ ਭਾਰਤੀ ਜਨਤਾ ਪਾਰਟੀ ਨੇ ਸਰਪੰਚੀ ਖਰੀਦਣਾ ਜਸਟੀਫਾਈ ਕਰਤਾ 2 ਕਰੋੜ ਲਈ। ਕੱਲ ਨੂੰ ਹੋ ਸਕਦਾ ਖੁੱਲੇਆਮ ਸ਼ਰੇਆਮ ਕਹਿਣ ਵੀ ਜੇ 10 ਕਰੋੜ ਦੀ MLA ਕੋਈ ਆਪਣਾ ਖਰੀਦ ਰਿਹਾ ਸਾਡਾ ਵਰਕਰ, ਕੋਈ ਸਾਡਾ ਲੀਡਰ, ਤੇ ਉਹ ਵੀ ਠੀਕ ਹੈ। ਉਦੋਂ ਬਾਅਦ ਕਹਿਣਗੇ ਜੇ 40 ਕਰੋੜ ਦੀ ਕੋਈ MP ਖਰੀਦ ਰਿਹਾ ਉਹ ਵੀ ਠੀਕ ਹੈ, ਕਿਉਂਕਿ ਪਾਰਟੀ ਅਮੀਰਾਂ ਦੀ ਹੈ, ਪਾਰਟੀ ਕੋਪਰੇਟਸ ਦੀ ਹੈ, ਤਾਂ ਕਰਕੇ ਇਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਆਮ ਲੋਕਾਂ ਦਾ ਇਲੈਕਟਿਡ ਆਫਿਸਿਸ ਦੇ ਵਿੱਚ ਹੋਣਾ ਕਿੰਨਾ ਜ਼ਰੂਰੀ ਹੈ। ਗੌਰਵ ਜੀ, ਇੱਕ ਅਮੀਰ ਅਮੀਰ ਦੀ ਸਮੱਸਿਆ ਵਧੀਆ ਸਮਝਦਾ, ਇੱਕ ਗਰੀਬ ਗਰੀਬ ਦੀ ਸਮੱਸਿਆ ਵਧੀਆ ਸਮਝਦਾ, ਅਤੇ ਇੱਕ ਆਮ ਬੰਦਾ ਆਮ ਬੰਦੇ ਦੀ ਸਮੱਸਿਆ ਵਧੀਆ ਸਮਝਦਾ। ਉਹਨਾਂ ਲਈ ਬੰਨ ਲਾ ਦੇਣਾ, ਉਹਨਾਂ ਲਈ ਇੰਪੋਸੀਬਲ ਕਰ ਦੇਣਾ, ਇਹ ਭਾਰਤੀ ਜਨਤਾ ਪਾਰਟੀ ਦੀ ਸਾਜਿਸ਼ ਹੈ। ਅਤੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ, ਇਹਨਾਂ ਦੇ ਮਾਨ ਸਾਹਿਬ, ਮੁੱਖ ਮੰਤਰੀ ਸਾਹਿਬ ਇਹਦੇ ਖਿਲਾਫ਼ ਬੋਲਦੇ ਨਹੀਂ ਨਾ ਗੌਰਵ ਜੀ, ਇਹਨਾਂ ਨੂੰ ਕੋਈ ਹੱਕ ਨਹੀਂ ਕਿ ਆਪਦੀ ਪਾਰਟੀ ਦਾ ਨਾਂ ਆਮ ਆਦਮੀ ਰੱਖਣ। ਖਾਸ ਆਦਮੀ ਰੱਖ ਲਓ, ਜੇ ਖਾਸ ਆਦਮੀਆਂ ਨਾਲ ਖੜਨਾ, ਖਾਸ ਆਦਮੀਆਂ ਨਾਲ ਉਹਨਾਂ ਦੇ ਐਕਸ਼ਨਸ ਨੂੰ ਜਸਟੀਫਾਈ ਕਰਨਾ। ਹੁਣ ਗੌਰਵ ਜੀ, ਗੱਲ ਇਹ ਹੈ ਕਿ ਇੱਕ ਪਾਸੇ BJP ਦੀ ਚਲੋ ਹਿਸਟਰੀ ਹੈ ਆਹ ਚੀਜ਼ਾਂ ਕਰਨ ਦੀ, ਆਪਰੇਸ਼ਨ ਲੋਟਸ ਕਰਦੇ ਆ ਗੋਆ, ਮਣੀਪੁਰ, MP, AP, ਮਹਾਰਾਸ਼ਟਰ, ਹੋਰ ਬਹੁਤ ਸੂਬੇ 'ਚ ਕਰਦੇ ਆ, ਇਹ ਤਾਂ ਕਰਦੇ ਹੀ ਹੈ, ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸੂਬੇ ਦੇ ਵਿੱਚ, ਇਹ ਮੁੱਦਾ ਬਣਾ ਹੀ ਨਹੀਂ ਰਹੇ, ਬਣਾ ਕਿਉਂ ਨਹੀਂ ਰਹੇ? ਪਾਸੀ ਸਾਹਿਬ, ਆਮ ਆਦਮੀ ਪਾਰਟੀ ਗੱਲ ਦੱਸੇ, ਕਦੇ ਤਾਂ ਨਹੀਂ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਇੱਥੇ ਕੰਡੈਮ ਕਰ ਰਹੀ ਹੈ, ਅਦਰਵਾਈਜ਼ ਚਾਹੁੰਦੀ ਹੋਵੇ ਕਿ ਇਹ ਚੀਜ਼ ਹੋਵੇ, ਕਿਉਂਕਿ ਇਹਨਾਂ ਦੇ MLA ਦਾ ਖੁੱਲ੍ਹੇਆਮ ਸ਼ਰੇਆਮ ਕਹਿ ਰਹੇ ਵੀ ਸਾਡਾ ਸਰਪੰਚ ਤਾਂ ਬਣ ਗਿਆ। ਹੁਣ ਗੱਲ ਕਰੋ ਜੀ ਅਗਲੀ, ਇਹ ਹੈ ਕਿ ਜੇ ਹੁਣ ਐਕਸ਼ਨ ਨਾ ਹੋਇਆ ਤਾਂ ਇੱਕ ਪ੍ਰੈਸੀਡੈਂਟ ਸੈੱਟ ਹੋਊਗਾ, ਇੱਕ ਪ੍ਰੈਸੀਡੈਂਟ, ਇੱਕ ਐਗਜ਼ਾਮਪਲ ਸੈੱਟ ਹੋ ਜਾਊਗਾ ਵੀ 2 ਕਰੋੜ ਵਾਲ ਨੂੰ ਕਿਸੇ ਨੇ ਕੁਛ ਨਹੀਂ ਕਿਹਾ, ਕੋਈ ਉਹਦੇ ਖਿਲਾਫ਼ ਕਾਰਵਾਈ ਨਹੀਂ ਹੋਈ। ਮੈਂ ਵੀ 50 ਲੱਖ ਲਈ 50 ਲੱਖ ਦੀ ਬੋਲੀ ਲਾ ਦਿੰਦਾ, ਕਾਰਵਾਈ ਹੋਣੀ ਚਾਹੀਦੀ। ਤੁਸੀਂ ਐਡਵੋਕੇਟ ਮੈਂ ਦੱਸਦਾ ਕਿਸ ਬੇਸ ਤੇ? ਨਹੀਂ ਦੇਖੋ, ਗੱਲ ਇਹ ਹੈ ਕਿ ਕੋਈ ਪਿੰਡ ਦੀ ਪੰਚਾਇਤ ਨੂੰ ਆ ਕੇ ਕਹੇ ਕਿ ਮੈਂ ਕੋਈ NRI ਜਿਵੇਂ ਪੈਸੇ ਭੇਜ ਦਿੰਦਾ ਕਿ ਆਹ ਲਓ ਜੀ 50 ਲੱਖ ਰੁਪਇਆ ਤੁਸੀਂ ਪਿੰਡ ਦੇ ਵਿਕਾਸ ਤੇ ਲਗਾ ਦਿਓ, ਉਹ ਗਲਤ ਹੈ। ਵਿਕਾਸ ਤੇ ਲਾਉਣਾ ਇੱਕ ਚੀਜ਼ ਹੈ, ਉਹਨੂੰ ਯੂਜ਼ ਕਰਨਾ ਸਰਪੰਚ ਪੰਚ ਬਣਨ ਲਈ ਦੂਜੀ ਚੀਜ਼ ਹੈ। ਆਪਾਂ ਇੱਕ ਚੀਜ਼ ਸਮਝ ਲਈ, ਹੁਣ ਮੈਂ ਕਰਦੇ ਨਾ, ਜੇ ਪੈਸੇ ਲੱਗਣਾ ਫਿਰ ਤਾਂ MLA ਵਾਲਾ, ਮੈਂ ਤੁਹਾਨੂੰ ਦੱਸਿਆ ਤਾਂ BJP ਵਾਲੇ ਜਸਟੀਫਾਈ ਕਰਨਗੇ ਵੀ ਜੀ 10 ਕਰੋੜ ਲਾ ਕੇ ਜੇ MLA ਬਣ ਜੇ ਅਸੀਂ ਤੇ ਅਸੀਂ ਕੱਲ ਨੂੰ ਵਿਕਾਸ ਕਰਾਂਗੇ, ਉਹ ਪੈਸਾ ਤੁਹਾਡੇ ਤੇ ਲਾਵਾਂਗੇ, ਫਿਰ ਤਾਂ ਉਹ ਜਸਟੀਫਾਈ ਹੋ ਗਿਆ, ਫਿਰ ਉਹ ਕਰਪਸ਼ਨ ਥੋੜੀ ਹੋਈ। ਕਿਉਂ ਗੌਰਵ ਜੀ, ਕਰਪਸ਼ਨ ਦੇ IPC ਦੇ ਵਿੱਚ ਸੈਕਸ਼ਨਸ ਹੈ, ਕਿਉਂ ਬਰਾਈਬਰੀ ਦੇ, ਇਹ ਜਿਹੜਾ ਬਰਾਈਬਰੀ ਹੋ ਰਹੀ ਹੈ ਇਹਦੇ ਸੈਕਸ਼ਨਸ ਨੇ, ਖੁੱਲੇਆਮ ਸ਼ਰੇਆਮ ਹੈ। ਉਹ ਦਾਨ ਦੇ ਦੱਸ ਦੇਣ, ਮੈਂ ਇੱਕੋ ਗੱਲ ਕਹੂੰਗਾ, ਇੱਕ ਸੈਕਿੰਡ ਕਾਇੰਡੀ, ਮੈਂ ਮੈਨੂੰ ਕਹਿਣੀ ਸੁਣ ਲਓ, ਪਲੀਜ਼ ਸੁਣ ਲਓ ਸਰ, ਸੁਣ ਲਓ ਦੂਜੀ ਗੱਲ, ਹੁਣ ਮੈਂ ਜਿਹੜੀ ਗੱਲ ਕਰ ਰਿਹਾ ਪਲੀਜ਼ ਸੁਣ ਲਓ, ਤੁਹਾਨੂੰ ਰਿਸ਼ਵਤ ਦੇ ਲੋਕਾਂ ਨੂੰ ਦਾਨ ਪੁੰਨ ਲੱਗਦਾ। ਗੌਰਵ ਜੀ, ਪਿੰਡਾਂ ਦੇ ਲੋਕਾਂ ਨੇ
ਹੋਰ ਕੈਂਡੀਡੇਟਸ ਨੇ ਇਹਦੇ ਖਿਲਾਫ ਆਵਾਜ਼ ਚੱਕੀ ਹੈ। ਪਹਿਲੀ ਗੱਲ ਤੁਸੀਂ ਕਹਿ ਰਹੇ ਸੀ ਗੌਰਵ ਜੀ ਇਹਦੇ ਖਿਲਾਫ ਕੌਣ ਬੋਲ ਰਿਹਾ, ਇਹਦੇ ਖਿਲਾਫ ਬਹੁਤ ਲੋਕ ਜੋਸਾ ਮੈਂ ਤੁਹਾਡੇ ਸਾਹਮਣੇ ਬੋਲੂੰਗਾ, ਪਲੀਜ਼ ਬੋਲੋ ਨਾ, ਸੁਣ ਲਓ ਪਲੀਜ਼। ਦੂਜੀ ਗੱਲ ਜਿਹੜੀ ਹੈ, ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇੰਨੀ ਗੱਲ ਦਾ ਜਵਾਬ ਦੇਵੇ ਕਿ ਉਹਨਾਂ ਦੀਆਂ ਨਜ਼ਰਾਂ 'ਚ ਠੀਕ ਹੈ ਕਿ ਗਲਤ ਹੈ, ਜੇ ਠੀਕ ਹੈ ਤੇ ਕੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇਹ ਵੀ ਜਸਟੀਫਾਈ ਕਰਨ ਲਈ ਤਿਆਰ ਹੈ ਕਿ ਜਿਹੜੇ ਇਹਨਾਂ ਦੇ ਬੰਗਾਰੂ ਲਕਸ਼ਮਣ ਫਾਰਮਰ ਪ੍ਰਧਾਨ ਨੇ ਕਰਪਸ਼ਨ ਕੀਤੀ ਸੀ, ਜਿਹਨੂੰ ਸਜ਼ਾ ਹੋਈ ਸੀ ਉਹ ਵੀ ਠੀਕ ਸੀਗਾ, ਜਿਹੜੇ ਮਿਜ਼ੋਰਮ ਦੇ ਐਮਐਲਏ ਨੇ ਖੁਦਿਆਂ ਕਰਪਸ਼ਨ ਕੀਤੀ ਸੀ ਉਹ ਵੀ ਠੀਕ ਸੀਗਾ। ਲਾਸਟ ਪੁਆਇੰਟ ਗੌਰਵ ਜੀ, ਇੱਕੋ ਗੱਲ ਹੈ ਕਿ ਜਿਹੜਾ ਤੁਸੀਂ ਗੱਲ ਕਹੀ ਨਾ ਗੌਰਵ ਜੀ ਕਿ ਰਸੂਖਦਾਰ ਹੀ ਸਰਪੰਚ ਬਣਦੇ ਆ, ਜੇ ਇਹ ਨੋਰਮ ਹੈ ਤਾਂ ਇਹਨੂੰ ਇਨਕਰੇਜ ਨਹੀਂ, ਇਹਨੂੰ ਡਿਸਕਰੇਜ ਕਰਨ ਦੀ ਲੋੜ ਹੈ, ਇਹ ਬਦਲਣ ਦੀ ਲੋੜ ਹੈ। ਆਮ ਲੋਕਾਂ ਦੇ ਆਮ ਲੋਕ ਵੀ ਸਰਪੰਚ ਪੰਚ ਬਣਨੇ ਚਾਹੀਦੇ, ਐਮਐਲਏ ਬਣਨੇ ਚਾਹੀਦੇ, ਐਮਪੀ ਬਣਨੇ ਚਾਹੀਦੇ। ਅਸੀਂ ਇਹ ਕਹਿੰਦੇ ਹਾਂ ਦੋ ਲੋਕਾਂ ਦਾ ਨਾਮ ਲੈ ਰਹੇ ਹਾਂ, ਸ਼ਾਇਦ ਇੱਕ ਬਲਦੇਵ ਸਿੰਘ ਤੇ ਦੂਜੇ ਆਤਮਾ ਸਿੰਘ ਹੈ ਜਿਨ੍ਹਾਂ ਨੇ ਬੋਲੀ ਲਗਾਈ, ਉਹ ਕਹਿੰਦੇ 50 ਲੱਖ ਕਰੋੜ ਇੱਧਰ ਕਹਿੰਦੇ 2 ਕਰੋੜ ਸਮਝੋ ਗੌਰਵ ਜੀ, ਪਤਾ ਨਹੀਂ ਦੋ ਲੋਕ ਤਾਂ ਇਲੈਕਸ਼ਨ ਲੜਨਗੇ, ਗੌਰਵ ਜੀ ਇਹ ਬੈਡਰੋਕ ਹੈ, ਬੈਡਰੋਕ ਹੈ ਸਾਡੇ ਲੋਕਤੰਤਰ ਦਾ, ਪੰਚਾਇਤ ਇਲੈਕਸ਼ਨ ਠੀਕ ਹੈ। ਇੱਥੋਂ ਸਿਉਂਖ ਲੱਗੂ ਤੇ ਸਾਰਾ ਲੋਕਤੰਤਰ ਖੋਖਲਾ ਹੋ ਜੂ, ਡੰਡਾ ਤੰਤਰ ਬਣ ਜੂ ਜੀ ਸਾਹਿਬ ਨਾਲ, ਠੀਕ ਹੈ ਤੁਹਾਡਾ ਪੁਆਇੰਟ। ਬੀਜੇਪੀ ਨੇ ਨਹੀਂ ਐਕਸੈਪਟ ਕੀਤਾ, ਇਹਨੂੰ ਪਿੰਡ ਦੇ ਲੋਕਾਂ ਨੇ ਐਕਸੈਪਟ ਕੀਤਾ, ਇਹਨੂੰ ਪਿੰਡ ਦੇ ਲੋਕਾਂ ਨੇ ਐਕਸੈਪਟ ਕਰਨ ਦਾ ਮਤਲਬ ਕੀ ਆ ਕਿ ਲੋਕਤੰਤਰ ਇਸ ਟਾਈਮ ਇਸ ਪੋਜੀਸ਼ਨ ਤੇ ਪਹੁੰਚ ਗਿਆ ਕਿ ਸੂਬਾ ਸਰਕਾਰ ਪੰਜਾਬ ਦੇ ਉੱਤੇ ਪੈਸਾ ਲਾਉਣ ਵਾਸਤੇ ਇੱਕ ਇੱਕ ਪੁਆਇੰਟ ਵਾਸਤੇ ਵੀ ਸੀਰੀਅਸ ਨਹੀਂ ਸੀ ਇਹਨਾਂ ਨੇ। ਦੇਖੋ ਇੱਕ ਲਾਈਨ ਡਿਲੀਵਰ ਹੋ ਲੈਂਦੇ ਹੋ ਬੜੀ ਕਲੀਅਰ ਜੀ ਜੀ ਪਲੀਜ਼। ਇਹਨਾਂ ਨੇ ਜਦੋਂ ਪੰਚਾਇਤਾਂ ਦਾ ਸਾਰਾ ਪੈਸਾ ਵਾਪਸ ਲਿਆ, ਇਹਨਾਂ ਨੇ ਦੁਬਾਰਾ ਵਾਪਸ ਕਿਉਂ ਨਹੀਂ ਭੇਜਿਆ ਜਦੋਂ ਪੰਚਾਇਤਾਂ ਬਹਾਲ ਹੋਈਆਂ? ਅੱਜ ਪਿੰਡ ਦੇ ਲੋਕਾਂ ਨੂੰ ਇਹ ਗੱਲ ਕਹਿਣੀ ਪੈ ਰਹੀ ਹੈ, ਮੈਨੂੰ ਨਹੀਂ ਪਤਾ ਤੁਸੀਂ ਕਹਿ ਰਹੇ ਬਰਾਈਬਰੀ ਕਿ ਕਿਸੇ ਬੰਦੇ ਨੇ ਜੇ ਕਹਿ ਤਾ ਮੈਂ ਪਿੰਡ ਦੀ ਡਿਵੈਲਪਮੈਂਟ ਵਾਸਤੇ ਪੈਸਾ ਲਾ ਰਿਹਾ, ਇਹ ਬੀਜੇਪੀ ਨਹੀਂ ਐਕਸੈਪਟ ਕਰਦੀ, ਇਹ ਪਿੰਡ ਦੇ ਲੋਕਾਂ ਨੇ ਐਕਸੈਪਟ ਕੀਤਾ। ਬੀਜੇਪੀ ਨਹੀਂ ਕਰਦੀ, ਬੀਜੇਪੀ ਕਿਉਂ ਐਕਸੈਪਟ ਕਰੂਗੀ ਲੋਕਤੰਤਰ ਦੀ ਗੱਲਾਂ ਨੂੰ? ਇਹ ਗਲਤ ਹੈ, ਉਸ ਬੰਦੇ ਦੀ ਭਾਵਨਾਵਾਂ ਨੂੰ ਸਲੂਟ ਕਰਦਾ ਸਿੱਧੀ ਗੱਲ ਸੁਣੋ, ਕੋਈ ਬੰਦਾ ਕਹਿੰਦਾ ਸਮੇਂ ਵਾਲਾ ਪਿੰਡ ਤੇ ਇਹ ਗਲਤ ਹੈ, ਮੈਂ ਕਿਹਾ ਤੂੰ ਗਲਤ ਕਰਦਾ ਪਿਆ, ਦੱਸੋ ਲੋਕੀ ਮੈਨੂੰ ਛਿੱਤਰ ਮਾਰ ਕੇ ਕਿ ਨਹੀਂ ਮਾਰ ਰਹੇ? ਬੀਜੇਪੀ ਨਜ਼ਰਾਂ 'ਚ ਸਹੀ ਹੈ ਕਿ ਗਲਤ? ਸਰ ਪਿੰਡ ਦੇ ਲੋਕ ਕਹਿੰਦੇ ਐਕਸੈਪਟੇਬਲ ਆ, ਦੋ ਛੱਡ ਕੇ ਤੇਰੇ ਕੋਲ ਲਾਓ ਬੀਜੇਪੀ, ਬੀਜੇਪੀ ਦੀ ਗੱਲ ਛੱਡੋ, ਚਿੰਜ ਸਮੇਂ ਛੋੜੇ ਕਮ ਜੋਸ਼ੀ ਮਾਰ ਲਾ ਰਹੇ ਤੁਸੀਂ ਫਾਇਰ ਸਮੇਂ ਦੇ ਚਿੰਜ ਦਾ ਗੁਰਦੁਆਰਾ ਨਹੀਂ ਲਾਉਣਾ ਕੋਈ ਕਹਿੰਦੇ ਤੁਹਾਡੀ ਗੱਲ ਆ ਗਈ ਇਹ ਤੁਹਾਡਾ ਹੈ ਠੀਕ ਹੈ। ਤੁਹਾਡੇ ਸਾਰੇ ਪੁਆਇੰਟ ਨਹੀਂ ਹੋ ਸਕਦੇ ਨਾ ਤੁਹਾਨੂੰ ਲੱਗ ਰਿਹਾ ਠੀਕ ਹੈ ਬਾਕੀਆਂ ਨੂੰ ਬੋਲਣ ਦਾ ਹੱਕ ਹੈ ਨਾ ਬਾਕੀਆਂ ਨੂੰ ਬੋਲਣ ਦਾ ਹੱਕ ਹੈ ਹੱਕ ਆ ਬਿਲਕੁਲ ਫਿਰ ਤੁਹਾਨੂੰ ਵੇਟ ਦੇ ਵਿੱਚੋਂ ਤੁਹਾਨੂੰ ਡਿਬੇਟ ਦੇ ਡੈਕੋਰਮ ਦੇ ਹਿਸਾਬ ਨਾਲ ਚੱਲਣਾ ਪਏਗਾ ਤੁਸੀਂ ਲੋਕਾਂ ਤੱਕ ਆਪਣੀ ਗੱਲ ਪਹੁੰਚਾ ਰਹੇ ਹੋ, ਨਹੀਂ ਤੁਸੀਂ ਸਦਾ ਜਾ ਰਹੇ ਹੋ, ਤੁਸੀਂ ਉਹਦੇ ਖਿਲਾਫ ਹੋ, ਪੱਖ ਦੇ ਵਿੱਚੋਂ ਕੋਈ ਦਿੱਕਤ ਨਹੀਂ ਚੰਦਰ ਸਾਹਿਬ, ਨਹੀਂ ਸਰ ਨਹੀਂ ਬਿਲਕੁਲ ਨਹੀਂ, ਤੁਸੀਂ ਆਪਣੀ ਗੱਲ ਰੱਖ ਰਹੇ ਹੋ ਨਾ ਸਰ, ਨਹੀਂ ਜੋਸ਼ੀ ਸਾਹਿਬ ਗੱਲ ਇਹ ਹੈ ਕਿ ਤੁਸੀਂ ਆਪਣਾ ਪੁਆਇੰਟ ਰੱਖ ਰਿਹਾ, ਤੁਸੀਂ ਕਹਿ ਰਹੇ ਹੋ ਨਹੀਂ ਚੰਦਰ ਸਾਹਿਬ ਨਹੀਂ ਤੁਸੀਂ ਕਹਿ ਜੋਸ਼ੀ ਨਹੀਂ ਪਲੀਜ਼ ਚੇਂਜਰ ਜੀ ਚੇਂਜਰ ਜੀ ਚੇਂਜਰ ਜੀ ਚੇਂਜਰ ਜੀ
ਡਿਵੈਲਪਮੈਂਟ ਕਰਨ ਦੀ ਇੱਛਾ ਰੱਖਣ ਵਾਲੇ ਲੋਕਾਂ ਨੂੰ ਤੁਸੀਂ ਕਰ ਦਿੱਤਾ। ਲੋਕਤੰਤਰ ਹਰ ਜਗ੍ਹਾ ਤੇ ਹੋਣਾ ਚਾਹੀਦਾ, ਲੋਕਤੰਤਰ ਹਰ ਜਗ੍ਹਾ ਚ ਡੈਮੋਕ੍ਰੇਟਿਕ। ਉਹ ਬੰਦਾ ਗਲਤ ਲੋਕਤੰਤਰ ਦੇ ਵਿੱਚ, ਲੋਕਤੰਤਰ ਦੇ ਵਿੱਚ ਇੱਕ ਇਹ ਵੀ ਪੁਆਇੰਟ ਹੁੰਦਾ ਹੈ ਕਿ ਡਿਬੇਟ ਦੇ ਵਿੱਚ ਸਭ ਨੂੰ ਬੋਲਣ ਦਾ ਹੱਕ ਹੈ। ਹੱਕ ਦਾ ਮਤਲਬ ਹੈ ਡਿਬੇਟ ਦੇ ਵਿੱਚ ਸਭ ਨੂੰ ਬੋਲਣ ਦਾ ਹੱਕ ਹੈ, ਵੀ ਲੋਕਤੰਤਰ ਦਾ ਇੱਕ ਪਾਰਟ ਹੈ, ਲੋਕਤੰਤਰ ਦਾ ਪਾਰਟ ਹੈ ਜੋਸ਼ੀ ਸਾਹਿਬ, ਲੋਕਤੰਤਰ ਦਾ ਪਾਰਟ ਹੈ ਕਿ ਡਿਬੇਟ ਦੇ ਵਿੱਚ ਹਰ ਕਿਸੇ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ। ਇਹ ਵੀ ਲੋਕਤੰਤਰ ਦਾ ਪਾਰਟ ਹੈ, ਆਪਣੀ ਲੋਕਤੰਤਰ ਦੇ ਵਿੱਚ ਸਪਣੀ ਗੱਲ ਰੱਖਣ ਦਾ ਹੱਕ ਹੈ, ਵੀ ਲੋਕਤੰਤਰ ਦਾ ਪਾਰਟ ਹੈ। ਜਿੰਦਰ ਸਾਹਿਬ ਕੰਪਲੀਟ ਕਰੋ, ਜ਼ਿਆਦਾ ਸਮਾਂ ਨਹੀਂ ਹੈ, ਬਹੁਤ ਸਮਾਂ ਖਰਾਬ ਹੋਇਆ, ਆਪਣੀ ਗੱਲ ਕੰਪਲੀਟ ਕਰ ਲਓ। ਇਹ ਬੀਜੇਪੀ ਅੱਜ ਸਾਫ ਆਪਣਾ ਚਿਹਰਾ ਦੱਸ ਰਹੀ ਹੈ, ਜਿਹੜਾ ਚਿਹਰਾ ਦੱਸ ਰਿਹਾ ਸਾਰਾ। ਤੁਸੀਂ ਸਰਪੰਚ ਦੀ ਗੱਲ ਕਰੋ, ਬੀਜੇਪੀ ਦੀ ਗੱਲ ਪਾਓਗੇ, ਅਕਾਲੀ ਦਲ ਨੂੰ ਵਿੱਚ ਲੈ ਕੇ ਆਉਂਗਾ, ਕੀ ਕਰਦੇ ਰਹੇ ਤੁਸੀਂ? ਏਦਾਂ ਦੀ ਗੱਲ ਨਾ ਕਰਿਓ, ਜਮਾਨਤਾਂ ਜਬਤ ਹੋਈਆਂ, ਸਾਡੇ ਬੰਦੇ 2-2 ਲੱਖ ਵੋਟ ਲੈ ਕੇ ਗਲਤੀ ਹੋ ਗਈ ਬਹੁਤ ਵੱਡੀ। ਇਹ ਚੀਜ਼ ਦਾ ਅਸੀਂ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਨਾਲ ਰਲ ਕੇ ਜਿੱਥੇ ਤੁਹਾਡੀਆਂ ਜਮਾਨਤਾਂ ਜਬਤ ਹੋਈਆਂ ਉੱਥੇ ਅਸੀਂ 2-2 ਲੱਖ ਵੋਟਾਂ ਖੜੀਆਂ ਨੇ। ਤੁਸੀਂ ਕਹਿ ਰਹੇ ਹੋ ਕਿ 2-3 ਵਾਰੀ ਸੱਤਾ ਦੇ ਵਿੱਚ ਜਿਹੜੇ ਰਹੇ, ਤੁਸੀਂ ਗਲਤੀ ਕਰ ਲਈ ਅਕਾਲੀ ਦਲ ਦੇ ਨਾਲ ਗਠਬੰਧਨ। ਬੀਜੇਪੀ ਦੀ ਲਾਈਨ ਹੈ, ਇਹ ਬੀਜੇਪੀ ਦੀ ਲਾਈਨ ਹੈ ਕਿ ਜੋਸ਼ੀ ਸਾਹਿਬ ਦੀ ਲਾਈਨ ਹੈ, ਇਹ ਬੀਜੇਪੀ ਦੀ ਲਾਈਨ ਹੈ, ਬਿਲਕੁਲ ਬੀਜੇਪੀ ਦੀ ਲਾਈਨ ਹੈ ਕਿ ਅਕਾਲੀ ਦਲ ਦੇ ਨਾਲ ਸਮਝੌਤਾ ਕਰਕੇ ਗਲਤੀ ਕੀਤੀ, ਠੀਕ ਹੈ। ਚਲੋ ਮੇਰੇ ਕੋਲ ਸਮਾਂ ਖਤਮ ਹੋ ਚੁੱਕਿਆ, ਮਾਫੀ ਚਾਹੁੰਦਾ ਪਾਸੀ ਸਾਹਿਬ, ਖੜਿਆਲ ਸਾਹਿਬ, ਠੀਕ ਹੈ। ਚਲੋ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ, ਮਾਫੀ ਚਾਹੁੰਗਾ, ਮੇਰੇ ਕੋਲ ਸਮਾਂ ਖਤਮ ਹੋ ਚੁੱਕਿਆ, ਰੁਕਣਾ ਪਏਗਾ ਡਿਬੇਟ ਨੂੰ ਇੱਥੇ।